ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ, ਅਜੂਨੀ ਸੈਭੰ, ਗੁਰਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ, ਤੁਮਰੀ ਮਹਿਮਾ ਵਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਹਾਉ ਹਾਉ ਮੈਂ ਵਿੱਚੋਂ ਖੋਵੈ, ਦੂਜਾ ਮੇਟੈ ਏਕੋ ਹੋਵੈ। ਹਾਉ ਹਾਉ ਮੈਂ ਵਿੱਚੋਂ ਖੋਵੈ, ਦੂਜਾ ਮੇਟੈ ਏਕੋ ਹੋਵੈ। ਜਗ ਕਰੜਾ ਮਨ ਮੁਖ ਗਾਵਾਰ, ਸ਼ਬਦ ਕਮਾਈਐ ਖਾਈਐ ਸਾਰ, ਅੰਤਰ ਬਾਹਰ ਏਕੋ ਜਾਣੈ, ਨਾਨਕ ਅਗਨ ਮਰੈ ਸਤਿਗੁਰ ਕੇ ਪਾਣੈ। ਸੱਚ ਪਹਿ ਰਾਤਾ ਗਰਭ ਨਿਵਾਰੈ, ਏਕੋ ਜਾਤਾ ਸ਼ਬਦ ਵਿਚਾਰੈ, ਸ਼ਬਦ ਵਸੈ ਸੱਚ ਅੰਤਰ ਹੀਆ, ਤਨ ਮਨ ਸੀਤਲ ਰੰਗ ਰੰਗਿਆ। ਕਾਮ ਕ੍ਰੋਧ ਬਿਖ ਅਗਨ ਨਿਵਾਰੇ, ਨਾਨਕ ਨਦਰੀ ਨਦਰ ਪਿਆਰੇ। ਕਾਮ ਕ੍ਰੋਧ ਬਿਖ ਅਗਨ ਨਿਵਾਰੇ, ਨਾਨਕ ਨਦਰੀ ਨਦਰ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਦੇ ਹਜ਼ੂਰ ਹਾਜ਼ਰੀਨ, ਸਤਸੰਗਤ ਜੀਓ, ਮੁਸਲਸਲ ਗੁਰਬਾਣੀ ਦੇ ਵਿਆਖਿਆਨ ਵਿੱਚ ਸ਼ਾਮ ਦੇ ਸਮੇਂ ਰਾਮਕਲੀ ਰਾਗ ਦੀ ਰਚਨਾ ਸਿੱਧ ਗੋਸ਼ਟ ਇਹ ਵਿਚਾਰੀ ਜਾ ਰਹੀ ਹੈ। ਗੁਰੂ ਨਾਨਕ ਸਾਹਿਬ ਦਾ ਪਹਿਲੇ ਜਾਮੇ ਦੇ ਵਿੱਚ ਸਿੱਧਾਂ ਨਾਲ ਵਾਰਤਾਲਾਪ ਉਹ ਸੰਦੇਸ਼ ਹੈ। ਜੋ ਬਚਨ ਅਸੀਂ ਵਿਚਾਰ ਰਹੇ ਹਾਂ ਇਹ 45, 46, 47 ਇਹ ਪਦੇ ਨੇ ਇਸ ਨੰਬਰ ਦੇ, ਜਿਹਦੇ 'ਚ ਰਾਏ ਆ ਰਹੀ ਸੀ, ਮੈਣ ਕੇ ਦੰਤ ਕਿਉਂ ਖਾਈਐ ਸਾਰ, ਜਿਤ ਗਰਭ ਜਾਏ ਸੋ ਕਵਨ ਆਹਾਰ। ਇਹ ਪਦਾ ਉਹਨਾਂ ਦੇ ਸਵਾਲ ਦਾ ਸੀਗਾ। ਇਹਦੇ 'ਚ ਉਹਨਾਂ ਨੇ ਗੁਰੂ ਬਾਬਾ ਜੀ ਨੂੰ ਸਵਾਲ ਪੁੱਛੇ ਅਤੇ ਬਾਬਾ ਜੀ ਫਿਰ ਇਹਨਾਂ ਸਵਾਲਾਂ ਦੇ ਜਵਾਬ ਦੇ ਰਹੇ ਨੇ। ਅਗਲੇ ਦੋ ਪਦੇ ਨੂੰ ਕੈਰੀ ਕਰ ਰਹੇ ਨੇ। ਬੀਤੇ ਕੱਲ੍ਹ ਅਸੀਂ ਕੁਛ ਵਿਚਾਰਿਆ ਸੀਗਾ, ਅੱਜ ਕੁਛ ਅੱਗੇ ਤੋਰਾਂਗੇ।
ਮਾਫੀ ਚਾਹਾਂਗਾ, ਪਰ ਉਹ 'ਚ ਰੀਜ਼ਨ ਇਹ ਹੈਗਾ ਕਿ ਜੇ ਡਿਟੇਲਡ ਡਿਸਕਸ਼ਨ ਨਹੀਂ ਹੋਏਗੀ, ਵੀ ਵੋਂਟ ਬੀ ਏਬਲ ਟੂ ਅੰਡਰਸਟੈਂਡ ਵਟ ਡਜ਼ ਐਗਜੈਕਟਲੀ ਮੀਨ ਬਾਏ ਦੀਸ ਕੁਐਸਚਨਸ, ਇਹਦਾ ਮਾਇਨਾ ਕੀ ਬਣਦਾ ਅਸਲ ਦੇ ਵਿੱਚ। ਖੈਰ, ਜਿਹੜੀ ਬਾਤ ਹੋ ਰਹੀ ਸੀ ਉੱਥੋਂ ਅੱਗੇ ਤੋਰਦੇ ਹਾਂ। ਉਹਨਾਂ ਦਾ ਸਵਾਲ ਸੀਗਾ ਕਿ ਹਿਵੇ ਕਾ ਘਰ ਮੰਦਰ ਅਗਨ ਪਿਰਾਹਨ ਕਵਨ ਗੁਫਾ ਜਿਤ ਰਹਿ ਅਵਾਹਨ। ਬਰਫ਼ ਦੇ ਘਰ ਨੂੰ ਢੱਕਣ ਵਾਸਤੇ ਇਹੋ ਜਿਹਾ ਕਿਹੜਾ ਪਿਰਾਹਨ, ਉਹਨੂੰ ਪਹਿਰਾਵਾ ਪਵਾਇਆ ਜਾਏ, ਕਿਉਂਕਿ ਵਰਦੀ 'ਤੇ ਅੱਗ ਪਈ ਏ ਅਤੇ ਬਰਫ਼ ਕਿਵੇਂ ਬਚ ਜਾਏਗੀ ਇਹਦੇ ਵਿੱਚ। ਬੰਦਾ ਅਹਿਦ ਵੀ ਲਏ, ਆਪ ਦੇਖੋਗੇ, ਮੈਂ ਇਗਜ਼ਾਮਪਲ ਕਰ ਰਿਹਾ ਸੀਗਾ ਕਿ ਹਾਓ ਨਾਈਸ ਕੈਨ ਵੀ ਬੀ, ਅਸੀਂ ਕਿੰਨੇ ਕੁ ਜ਼ਿਆਦਾ ਚੰਗੇ ਹੋ ਸਕਦੇ ਹਾਂ। ਸਮਾਜ ਚੰਗੇ ਰਹਿਣ ਨਹੀਂ ਦਿੰਦਾ, ਆਲਾ ਦੁਆਲਾ ਚੰਗੇ ਰਹਿਣ ਨਹੀਂ ਦਿੰਦਾ। ਘਰਾਂ ਥਾਵਾਂ ਦੇ ਵਿੱਚ ਬੰਦਾ ਕੋਈ ਪੋਲਾਈਟ ਕਿਸਮ ਦੇ ਬਿਹੇਵੀਅਰ ਵਰਚੂਜ਼ ਨੂੰ ਅਡੋਪਟ ਕਰਦਾ ਹੈਗਾ ਹੈ, ਬੰਦਾ ਬੜੇ ਓਨੈਸਟ ਅਪਰੋਚ ਅਡੋਪਟ ਕਰਦਾ ਹੈਗਾ ਹੈ, ਪਰ ਜਦੋਂ ਆਲੇ ਦੁਆਲੇ ਤੋਂ ਥਪੇੜੇ ਵੱਜਦੇ ਨੇ, ਬੰਦਾ ਕਹਿੰਦਾ ਹੂ ਕੇਅਰ, ਟਿੱਟ ਫੋਰ ਟੈਟ, ਚੱਲਣ ਦੇ ਫਿਰ, ਜਿਵੇਂ ਅਗਲਾ ਕਹਿੰਦਾ ਉਵੇਂ ਹੀ ਸਹੀ ਫਿਰ। ਸੋ ਇਹ ਫਿਤਰਤ ਜਿਹੜੀ ਹੈ, ਇਹ ਦੁਨੀਆ ਨੂੰ ਇਹੀ ਨਰਕ ਬਣਾਉਂਦੀ ਹੈ, ਇਹੀ ਦੁਨੀਆ ਨੂੰ। ਜਿਵੇਂ ਅਸੀਂ ਇੱਕ ਚੀਜ਼ ਨੂੰ ਹੋਰ ਦੇਖਣਾ ਧਿਆਨ ਦੇਣਾ, ਮੈਂ ਬੱਚਿਆਂ ਨੂੰ ਕਹਿੰਦਾ, ਇਫ ਯੂ ਰੀਅਲੀ ਵਾਂਟ ਟੂ ਟੀਚ ਸਮਥਿੰਗ ਟੂ ਯੂਰ ਕਿਡਸ, ਦੈਨ ਡੈਫੀਨੇਟਲੀ ਟਰਾਈ ਟੂ ਟੀਚ ਦੀਸ ਟੂ ਵਰਚੂਸ, ਦੈਟਸ ਅਨਫ। ਵਨ ਇਜ਼ ਰਿਸਪੈਕਟ, ਸੈਕਿੰਡ ਇਜ਼ ਰਿਕੁਐਸਟ, ਦੈਟਸ ਇਟ। ਉਹਨਾਂ ਨੂੰ ਕਹੋ, ਇਸ ਧਰਤੀ 'ਤੇ ਦੋ ਚੀਜ਼ਾਂ ਹੀ ਚੱਲਦੀਆਂ ਨੇ, ਰਿਸਪੈਕਟ। ਨਾ ਆਪਣੀ ਲੂਜ਼ ਕਰੋ, ਨਾ ਕਿਸੇ ਨੂੰ ਡਿਸਰਿਸਪੈਕਟ ਹੋਵੋ। ਬੜਾ ਸਿੰਪਲ ਆ। ਤੁਸੀਂ ਲੜਨਾ ਆ, ਝਗੜਨਾ ਆ, ਉੱਚਾ ਨੀਵਾਂ ਬੋਲਣਾ ਆ, ਕੁਛ ਕਰਨਾ ਕਿਸੇ ਜ਼ਾਬਤੇ 'ਚ, ਇਨ ਏ ਸਮ ਕਾਇੰਡ ਆਫ ਐਪਰੋਪਰੀਏਟ ਐਂਡ ਡਿਸਿਪਲਿਨ ਮੈਨਰ 'ਚ ਕਰੋ, ਸਭ ਠੀਕ ਰਹੇਗਾ। ਜਦੋਂ ਅਸੀਂ ਉਹ ਡਿਸਿਪਲਿਨ ਮੈਨਰਸ ਜਿਹੜੇ ਹੈਗੇ ਨੇ ਡਿਸਰਿਸਪੈਕਟ 'ਚ ਆ ਜਾਂਦੇ ਨੇ ਉਸ ਲੈਵਲ 'ਤੇ, ਵਰਡਸ ਦੀ ਜਿਹੜੀ ਚੋਇਸ ਆ ਤੁਹਾਡੀ, ਉੱਥੇ ਇਹ ਨਹੀਂ ਹੁੰਦਾ ਮੈਂ ਆਪਣਾ ਪੱਖ ਪੇਸ਼ ਕਰਨਾ। ਜਦੋਂ ਬੰਦਾ ਡਿਸਰਿਸਪੈਕਟ ਹੁੰਦਾ, ਡਿਸਰਿਸਪੈਕਟਫੁਲ ਬਿਹੇਵੀਅਰ ਅਡੋਪਟ ਕਰਦਾ ਹੈਗਾ, ਉੱਥੇ ਹੁੰਦਾ ਦੂਜੇ ਨੂੰ ਹਰਟ ਕਰਨਾ, ਫਿਰ ਕੰਮ ਖਰਾਬ ਹੁੰਦਾ, ਕਿਉਂਕਿ ਤੁਸੀਂ ਟਰੈਕ ਚੇਂਜ ਕਰ ਲਿਆ। ਤੁਸੀਂ ਹੁਣ ਉਸ ਤਰੀਕੇ ਦੇ ਨਾਲ ਵਾਇਲੈਂਟ ਹੋ ਰਹੇ ਹੈਗੇ ਹੋ, ਅਤੇ ਇਹਦਾ ਰਿਜ਼ਲਟ ਕਦੀ ਵੀ ਠੀਕ ਨਹੀਂ ਨਿਕਲਣਾ। ਰਿਸਪੈਕਟ ਇਹ ਤਾਂ ਕੰਮ ਕਰਦੀ ਹੈ ਜੇ ਇਹਦੇ ਪਿੱਛੇ ਕੋਈ ਵੱਡਾ ਜੀਵਨ ਦਾ ਇੱਕ ਸਬਕ ਹੋਏ, ਤਾਂ ਉਹ ਸਬਕ ਕੀ ਹੈ? ਫੋਰਗਿਵਨੈਸ, ਮੁਆਫ਼ ਕਰ ਦੇਣਾ। ਇਹ ਹੈ ਉਸ ਬਰਫ਼ ਦੇ ਘਰ ਨੂੰ ਬਚਾਉਣ ਦਾ ਤਰੀਕਾ। ਅਦਰਵਾਈਜ਼ ਜਦੋਂ ਅੱਗ ਵਰਦੀ ਹੈ, ਗੁੱਸੇ ਦੀ, ਨਫ਼ਰਤ ਦੀ, ਈਰਖਾ ਦੀ, ਦਵੈਖ ਦੀ, ਅੰਦਰ ਬਾਹਰ ਨਹੀਂ, ਬਾਹਰ ਨੂੰ ਤਾਂ ਛੱਡੋ, ਬਾਹਰ 'ਤੇ ਕੋਈ ਗੁੱਸਾ ਮੈਨੂੰ ਦੇਣਾ ਚਾਹ ਰਿਹਾ, ਇਹ ਤਾਂ ਮੇਰੇ 'ਤੇ ਡਿਪੈਂਡ ਕਰਦਾ ਮੈਂ ਲੈਣਾ ਕਿ ਨਹੀਂ ਲੈਣਾ। ਮੈਂ ਆਪਣੇ ਜੀਵਨ ਦੇ ਥੋੜ੍ਹੇ ਜਿਹੇ ਸਮੇਂ 'ਚ ਇਤਨੇ ਇੰਸੀਡੈਂਟ ਦੇਖੇ ਨੇ ਕਿ ਕਮਾਲ ਹੈ। ਮੈਂ ਕਈ ਵਾਰ ਸ਼ਾਇਦ ਬਾਤ ਵੀ ਕੀਤੀ ਹੈ, ਅਤੇ ਇੱਕ ਤੋਂ ਬਾਅਦ ਇੱਕ, ਮਤਲਬ ਬੜੇ ਵੱਡੇ ਲੈਵਲ 'ਤੇ ਦੇਖੇ ਨੇ। ਇੱਕ ਵਾਰੀ ਮੈਨੂੰ ਯਾਦ ਆ, ਮੈਂ ਨੌਰਥ ਨੂੰ ਜਾ ਰਿਹਾ ਸੀਗਾ, ਮਸਕੋਕਾ ਸਾਈਡ, ਹਾਈਵੇ 400 ਨੌਰਥ ਬਾਊਂਡ ਜਿਹੜਾ ਹੈਗਾ ਇਹ ਟੋਟਲੀ ਬੰਦ ਸੀਗਾ, ਅਤੇ 27 ਬੈਰੀ ਨੂੰ ਇਹਦੇ ਉੱਤੇ ਮੈਂ ਜਾ ਰਿਹਾ ਹਾਂ। ਮੈਂ ਸੋਚਦਾ ਹੋ ਸਕਦਾ ਮੇਰਾ, ਕਿਉਂਕਿ ਉਹ ਜਿਹੜੀ ਹੈਗੀ ਹੈ
ਵਨ ਲੇਨ ਰੋਡ ਆ, ਸਿਰਫ ਦੋਵਾਂ ਪਾਸੇ ਮਤਲਬ ਦੋ ਗੱਡੀਆਂ ਚੱਲਦੀਆਂ ਨੇ, ਯੈਲੋ ਲੇਨ ਵਿੱਚ ਲੱਗੀ ਹੈ ਪੱਕੀ, ਅਤੇ ਹੋ ਸਕਦਾ ਮੇਰੇ ਗੱਡੀ ਦੇ ਟਾਇਰ ਜਿਹੜੇ ਨੇ ਉਹ ਯੈਲੋ ਲੇਨ ਨੂੰ ਟੱਚ ਕਰ ਰਹੇ ਹੋਣ। ਆਈ ਅਸਿਊਮ ਦੈਟ ਇਟ ਮਾਈਟ ਹੈਡ ਹੈਪਨ ਦੈਟ ਟਾਈਮ। ਸਾਹਮਣੇ ਤੋਂ ਬੰਦਾ ਆ ਰਿਹਾ, ਉਹਨੇ ਮੈਨੂੰ ਹੌਂਕ ਕੀਤਾ ਜ਼ੋਰ ਲਾ ਕੇ। ਮੈਨੂੰ ਲੱਗਾ ਹੋ ਸਕਦਾ ਮੇਰੀ ਕਾਰ ਪਰਾਂ ਨੂੰ ਤੁਰ ਗਈ ਹੋਏ ਤਾਂ ਕਰਕੇ ਜਾਂ ਕੁਛ ਹੋਰ ਉਸ ਰੂਪ ਦੇ ਵਿੱਚ। ਆਈ ਡਿਡਨਟ ਰਿਸਪੋਂਡ ਐਟ ਆਲ, ਐਂਡ ਸੱਚ ਜਾਣਿਓ ਮੈਨੂੰ ਬਹੁਤਾ ਮਾਇੰਡ ਵੀ ਨਹੀਂ ਹੋਇਆ। ਮੈਂ ਸੋਚਿਆ ਹੋ ਸਕਦਾ ਕਾਰ ਪਰਾਂ ਨੂੰ ਚਲੀ ਗਈ ਹੋਏ ਅਤੇ ਇਸ ਕਰਕੇ ਹੋਇਆ ਹੈਗਾ। ਉਹ ਬੰਦੇ ਨੇ ਕਾਰ ਹੌਂਕ ਕੀਤੀ, ਸਲੋ ਕੀਤੀ ਥੋੜ੍ਹੀ ਜਿਹੀ, ਫਿਰ ਚੋ ਤੋਰ ਲਈ। ਮੈਂ ਆਪਣੀ ਮਸਤੀ ਤੁਰਿਆ ਗਿਆ। ਹੁਣ ਥੋੜ੍ਹੀ ਦੇਰ ਹੋਈ ਅਤੇ ਮੈਨੂੰ ਲੱਗਾ ਕਿ ਕੋਈ ਬੰਦਾ ਇੰਨੇ ਟ੍ਰੈਫਿਕ ਵਿੱਚੋਂ ਯੈਲੋ ਲੇਨ ਜਿਹੜੀ ਹੈਗੀ ਹੈ ਉਹ ਓਵਰਟੇਕ ਕਰਦਾ ਹੋਇਆ ਮੇਰੇ ਪਿੱਛੇ ਆ ਰਿਹਾ ਕਾਰ ਲੈ ਕੇ, ਇੱਕ ਦੋ ਕਾਰਾਂ ਨੂੰ ਕ੍ਰੋਸ ਕਰਕੇ। ਮੈਂ ਇਕਦਮ ਦੇਖਿਆ ਮੈਂ ਕਾਰ ਸੇਮ ਆ। ਹੁਣ ਜਦੋਂ ਬਿਲਕੁਲ ਆ ਗਿਆ ਉਹਨੇ ਹਾਈ ਬੀਮ ਦਿੱਤੇ ਮੈਨੂੰ ਦੋ ਵਾਰੀ। ਮੈਂ ਕਾਰ ਜਿਹੜੀ ਹੈਗੀ ਸਾਈਡ 'ਤੇ ਜਿਹੜੀ ਹੈ ਸ਼ੋਲਡਰ 'ਤੇ ਜਿਹੜੀ ਹੈ ਪੁੱਲ ਕਰ ਲਈ। ਜਦੋਂ ਇਸ ਤਰੀਕੇ ਨਾਲ ਹੋਈ ਤਾਂ ਮੈਨੂੰ ਅੰਦਾਜ਼ਾ ਲੱਗਾ, ਮੈਂ ਕਿਹਾ ਸ਼ਾਇਦ ਜਾਂ ਤਾਂ ਕੋਈ ਕਾਰ ਦੀ ਕੋਈ ਲਾਈਟ ਕੁਛ ਕੋਈ ਇਸ਼ੂ ਹੋ ਸਕਦਾ, ਜਾਂ ਹੋ ਸਕਦਾ ਬੰਦਾ ਵੈਸੇ ਹੀ ਕਿਸੇ ਕਿਸਮ ਦੇ ਨਾਲ ਮੇਰੇ ਨਾਲ ਕੋਈ ਕਨਫਰੰਸਟ੍ਰੇਸ਼ਨ ਕਰਨ ਵਾਸਤੇ ਆਇਆ ਹੋਇਆ। ਸੋ ਲੈਟਸ ਸੀ ਕੀ ਹੁੰਦਾ ਹੈਗਾ। ਸਾਡੀ ਥੋੜ੍ਹੀ ਟ੍ਰੇਨਿੰਗ ਵੀ ਹੈ CSE ਨਾਲ ਕੰਮ ਕਰਨ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਬਾਰੇ, ਵੀ ਹਾਊ ਟੂ ਡੀਲ ਵਿਦ ਦੀਜ਼ ਇਸ਼ੂਜ਼। ਉਹ ਜਦੋਂ ਮੇਰੀ ਜਿਹੜੀ ਹੈ ਡਰਾਈਵਰ ਸਾਈਡ ਦੀ ਵਿੰਡੋ 'ਤੇ ਆਇਆ, ਮੈਂ ਉਹਨੂੰ ਕਿਹਾ ਪੈਸੰਜਰ ਸਾਈਡ ਦੇ ਜਿਹੜਾ ਹੈਗਾ ਉੱਧਰ ਜਾ ਉਸ ਡੋਰ ਦੇ ਉੱਤੇ। ਉੱਥੇ ਮੈਂ ਸ਼ੀਸ਼ਾ ਥੱਲੇ ਕੀਤਾ ਅਤੇ ਉਹ ਸ਼ੀਸ਼ਾ ਥੱਲੇ ਕੀਤਾ ਅਤੇ ਉਹ ਮੇਰੇ ਵੱਲ ਦੇਖ ਕੇ ਨਾ, ਓਲਡ ਗਾਏ ਹੋਣਾ ਅਰਾਊਂਡ 60 or 65 ਦੇ ਨੇੜੇ, ਥੱਲੇ ਸ਼ੀਸ਼ਾ ਕਰਕੇ, ਹਾਊ ਆਰ ਯੂ ਸਰ? ਆਮ ਓਕੇ, ਆਈ ਐਮ ਸੋਰੀ। ਮੈਂ ਕਿਹਾ ਫੋਰ ਵਟ? ਬਿਕੋਜ਼ ਆਈ ਹੌਂਕਡ ਯੂ। ਮੈਂ ਡੋਰ ਖੋਲ੍ਹ ਕੇ ਬਾਹਰ ਆ ਗਿਆ। ਮੈਂ ਕਿਹਾ ਇਟਸ ਨੋਟ ਐਕਚੁਲੀ ਬਿਗ ਡੀਲ, ਆਈ ਵਾਜ਼ ਥਿੰਕਿੰਗ ਮਾਈ ਕਾਰ ਇਜ਼ ਗੋਇੰਗ ਦੈਟ ਸਾਈਡ ਦੈਟ ਸੋ ਹਾਈ। ਇੱਕ ਦੋ ਗੱਲਾਂ ਹੋਰ ਹੋਈਆਂ। ਕਹਿੰਦਾ ਮੈਂ ਨਾ ਚਰਚ ਜਾ ਰਿਹਾ ਸੀਗਾ ਅਤੇ ਮੈਨੂੰ ਲੱਗਾ ਤੇਰੀ ਕਾਰ ਮੇਰੇ ਵੱਲ ਨੂੰ ਆ ਰਹੀ ਹੈ ਮਾੜੀ ਮਾੜੀ। ਮੈਂ ਕਿਹਾ ਹਾਂ ਮੈਂ ਵੀ ਸੋਚਦਾ ਹੋਣਾ, ਅਤੇ ਮੈਂ ਹੌਂਕ ਕੀਤਾ ਪਰ ਹੌਂਕ ਗੁੱਸੇ 'ਚ ਕੀਤਾ ਮੈਂ ਤੈਨੂੰ, ਅਤੇ ਮੈਂ ਸੋਚਿਆ ਮੈਂ ਵੀ ਹੌਂਕ ਕੀਤਾ ਅਗਲਾ ਵੀ ਕਰ ਦੇਗਾ, ਹੁੰਦਾ ਹੀ ਹੈ ਮੈਂ ਹੌਰਨ ਮਾਰਿਆ ਅਗਲਾ ਵੀ ਮਾਰ ਦੇਗਾ। ਮੈਂ ਮੁੜ ਕੇ ਸੋਚਿਆ, ਮੈਂ ਦੇਖਿਆ ਕਿ ਕਈ ਵਾਰ ਹੁੰਦਾ ਬੰਦਾ ਹੋਰ ਥੋੜ੍ਹਾ ਉਸ ਤੋਂ ਵੀ ਜ਼ਿਆਦਾ ਕੋਈ ਵਰਡ ਕਹਿੰਦਾ ਹੈਗਾ, ਇਸ਼ਾਰਾ ਕਰਦਾ ਕੁਛ। ਦੇਰ ਵਾਜ਼ਨਟ ਐਨੀ ਦੈਟ ਕਾਇੰਡ ਆਫ ਰਿਸਪੋਂਡ। ਮੈਨੂੰ ਲੱਗਾ ਸ਼ਾਇਦ ਹੋ ਸਕਦਾ ਮੈਂ ਮਿਸਟੇਕ ਕਰ ਲਈ ਹੋਏ, ਦੈਟਸ ਵਾਈ ਆਈ ਕੇਮ ਆਫਟਰ ਯੂ ਐਂਡ ਆਈ ਐਮ ਸੋਰੀ ਅਗੇਨ ਬਿਕੋਜ਼ ਆਈ ਅਪੋਲੋਜਾਈਜ਼ ਆਈ ਟੇਕ ਯੂਰ ਦੈਟ ਮਸਟ ਟਾਈਮ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਜਸਟ ਕੈਨ ਆਈ ਹੱਗ ਯੂ? ਜਦੋਂ ਇਹ ਗੱਲ ਹੋਈ ਉਹ ਮੈਨੂੰ ਕਹਿੰਦਾ, ਜਾਣ ਲੱਗਿਆ ਕਹਿੰਦਾ ਯੂ ਮੇਡ ਮਾਈ ਡੇ। ਮੈਂ ਕਿਹਾ ਨੋਟ ਓਨਲੀ ਐਕਚੁਲੀ ਦੈਟ ਵਨ ਹੈਪਨਡ, ਯੂ ਨੋ ਯੂ ਹੈਵ ਬਲੈਸਡ ਮੀ ਰੀਅਲੀ ਗੁੱਡ ਵਿਜ਼ਡਮ। ਦੈਟ ਵਿਜ਼ਡਮ ਇਜ਼ ਨੈਵਰ ਐਵਰ ਟਰਾਈ ਟੂ ਅਲਾਓ ਯੂ, ਨੈਵਰ ਐਵਰ ਅਲਾਓ ਯੂਰ ਸੈਲਫ ਟੂ ਪ੍ਰੋਵੋਕ ਓਨ ਐਨੀ ਦੀਜ਼ ਕੰਡੀਸ਼ਨਸ। ਆਈ ਹੈਵ ਲਰਨਡ ਦਿਸ ਲੈਸਨ, ਪ੍ਰੋਵੋਕਿੰਗ ਇਜ਼ ਬੈਡ ਸਿਸਟਮ। ਆਈ ਆਲਵੇਜ਼ ਸੈਟ ਟੂ ਮਾਈ ਸੈਲਫ, ਬਟ ਟੂਡੇ ਇਟ ਹੈਜ਼ ਪ੍ਰੂਵਨ। ਹੁਣ ਇਸ ਰੂਪ ਵਿੱਚ ਜਿਹੜੀ ਬਾਤ ਆ ਇਹ ਕੀ ਹੈ? ਛੋਟੇ ਛੋਟੇ ਇੰਸੀਡੈਂਟ ਨੇ, ਕੁਛ ਵੀ ਨਹੀਂ ਹੈਗੇ। ਤੁਸੀਂ ਤੁਹਾਨੂੰ ਮਦਰ ਨੇਚਰ ਟੈਸਟ ਕਰਦੀ ਹੈ। ਹਿਵੇ ਦੇ ਘਰ ਨੂੰ, ਬਰਫ਼ ਦੇ ਘਰ ਨੂੰ ਤੁਸੀਂ ਕਿਸ ਚੀਜ਼ ਨਾਲ ਢੱਕਣਾ ਹੈਗਾ? ਆਪਣੇ ਗੁਣਾਂ ਦੇ ਨਾਲ, ਸੁਭਾਵਿਕ ਗੁਣਾਂ ਦੇ ਨਾਲ।
ਬਨਾਉਟੀ ਗੁਣਾਂ ਨਾਲ ਨਹੀਂ। ਵਿਖਾਵਾ ਬੰਦਾ ਕਰਦਾ ਕਈ ਵਾਰੀ ਪਰ ਹੁਣ ਹਮੇਸ਼ਾ ਚੱਲਦਾ ਨਹੀਂ ਗਾ, ਲੇਟਰ ਸੁੰਦਰ ਬਾਹਰ ਆ ਜਾਂਦਾ। ਫਰਗਿਵਨੈਸ ਇਹ ਚੀਜ਼ ਆ। ਫਿਰ ਇਕੱਲੀ ਇਹੀ ਨਹੀਂ, ਫਰਗਿਵਨੈਸ ਕੰਪੈਸ਼ਨੇਟ ਹੋ ਜਾਣਾ, ਆਪਣੇ ਅੰਦਰ ਇਹਨਾਂ ਗੁਣਾਂ ਨੂੰ ਪੈਦਾ ਕਰਨਾ। ਇੱਥੇ ਬਾਬਾ ਨਾਨਕ ਜੀ ਕਹਿੰਦੇ ਜੋਗੀ ਲੋਕੋ ਇਹ ਹੋ ਹੀ ਨਹੀਂ ਸਕਦਾ, ਤੁਸੀਂ ਇਸ ਕਰੜੇ ਸੰਸਾਰ 'ਚ ਰਹਿ ਨਾ ਸਕੋ। ਉਹਦੀ ਬਾਤ ਕੀਤੀ, ਹਾਂ ਹਾਂ ਮੈਂ ਵਿੱਚੋਂ ਖੋਵਾ ਦੂਜਾ ਮਿੱਟਾ ਇੱਕੋ ਹੋਵੇ, ਜਗ ਕਰੜਾ ਮਨਮੁੱਗਾ ਵਾਰ, ਸ਼ਬਦ ਕਮਾਈਏ ਖਾਈਏ ਸਾਰ, ਇਹਦੇ ਜ਼ਰੀਏ ਤੁਸੀਂ ਲੋਹੇ ਨੂੰ ਚੱਬ ਲੈਂਦੇ ਹੋ, ਅੰਤਰ ਬਾਹਰ ਇੱਕੋ ਜਾਣਾ। ਬੰਦਾ ਜਿਹੜਾ ਕਿਸੇ ਦੇ ਕਹੇ ਹੋਏ ਦਾ ਗੁੱਸਾ ਕਿਉਂ ਨਹੀਂ ਕਰੇਗਾ, ਨਹੀਂ ਕਰੇਗਾ ਜਦੋਂ ਅਪਣਤ ਹੋਏਗੀ। ਬੇਗਾਨਗੀ 'ਚ ਗੁੱਸਾ ਹੋਏਗਾ, ਅਪਣਤ ਵਿੱਚ ਕਿਵੇਂ? ਸਾਡੇ ਇੱਥੇ ਸ਼ਹਿਰ 'ਚ ਬੜੇ ਨਾਮਵਰ ਸਾਈਕੈਟ੍ਰਿਕ ਹੈਗੇ ਨੇ, ਅਤੇ ਉਹਨਾਂ ਨੇ ਮੈਨੂੰ ਇਹ ਪਰਸਨਲੀ ਗੱਲ ਦੱਸੀ। ਕਹਿੰਦੇ ਮੈਂ ਸ਼ਿਕਾਗੋ ਸੀਗਾ, ਸਾਡੀ ਉੱਥੇ ਇੱਕ ਕੋਈ ਕਨਵੈਨਸ਼ਨ ਹੋ ਰਹੀ ਸੀਗੀ ਸਾਈਕੈਟ੍ਰਿਕ ਦੀ, ਨੌਰਥ ਅਮੈਰੀਕਨ ਇੱਕ ਬੜੀ ਵੱਡੀ ਜਿਹੜੀ ਸਾਈਕੈਟ੍ਰਿਕ ਬਾਡੀ ਉਹ ਕਰਾ ਰਹੀ ਸੀਗੀ। ਅਤੇ ਉੱਥੇ ਹੋਇਆ ਇਹ ਕਿ ਡਿਫਰੈਂਟ ਡਿਫਰੈਂਟ ਜਿਹੜੀਆਂ ਟ੍ਰੈਡੀਸ਼ਨਲ ਕੁਝ ਟ੍ਰੀਟਮੈਂਟ ਸਿਸਟਮਸ ਨੇ, ਮਤਲਬ ਐਲੋਪੈਥੀ ਤੋਂ ਵੱਖਰੇ, ਉਹਨਾਂ ਦੇ ਉੱਤੇ ਅਸੀਂ ਫੋਕਸ ਕਰ ਰਹੇ ਹਾਂ। ਵੀ ਐਲੋਪੈਥੀ 'ਤੇ ਤਾਂ ਬੜਾ ਕੰਮ ਕਰ ਰਹੇ ਹਾਂ ਪਰ ਇਹ ਬਹੁਤਾ ਕੰਮ ਵੀ ਨਹੀਂ ਕਰਦੀ। ਕਈ ਵਾਰੀ ਇਕੱਲੀਆਂ ਦਵਾਈਆਂ ਮੈਂਟਲ ਹੈਲਥ ਨੂੰ ਥੋੜ੍ਹਾ ਠੀਕ ਕਰਦੀਆਂ, ਕੁਝ ਹੋਰ ਵੀ ਵੇਜ਼ ਵੀ ਹੈਗੇ ਨੇ ਜਿਨ੍ਹਾਂ ਦੇ ਉੱਤੇ ਅਸੀਂ ਇੰਫੈਸਾਈਜ਼ ਕਰ ਰਹੇ ਹਾਂ, ਇਹਦੀ ਡਿਸਕਸ਼ਨ ਹੋ ਰਹੀ ਹੈ। ਕਹਿੰਦੇ ਇੱਕ ਚਾਈਨੀਜ਼ ਜਿਹੜੀ ਹੈਗੀ ਹੈ ਉਹ ਸਾਈਕੈਟ੍ਰਿਕ ਹੈਗੀ ਹੈ ਅਮੈਰੀਕਾ ਤੋਂ, ਅਤੇ ਉਹ ਖੜ੍ਹੀ ਹੋਈ ਸਟੇਜ 'ਤੇ, ਉਹ ਕਹਿੰਦੀ ਮੈਨੂੰ ਕੁਛ ਲੱਭਿਆ, ਮੈਂ ਤੁਹਾਨੂੰ ਦੱਸਦੀ ਹਾਂ। ਕੁਝ ਇੱਕ ਤਾਂ ਚਾਈਨੀਜ਼ ਓਰੀਜਨ ਤੋਂ ਆ ਰਹੀ ਹੈ, ਉਹਦਾ ਇੰਗਲਿਸ਼ ਦਾ ਐਕਸੈਂਟ ਉਵੇਂ ਦਾ ਹੈ। ਦੂਜਾ ਉਹਨੇ ਜਦੋਂ ਗੱਲਬਾਤ ਕੀਤੀ ਤਾਂ ਕਹਿੰਦੇ ਗੱਲਬਾਤ ਮੇਰੀ ਪਕੜੇ 'ਚ ਆਈ ਵੀ ਉਹ ਕਹਿੰਦੀ ਵੀ ਮੈਂ ਨਾ ਨੌਰਦਰਨ ਇੰਡੀਆ ਤੋਂ ਮਿਡੀਵਲ ਪੀਰੀਅਡ ਦਾ ਕੁਝ ਬੜਾ ਸਪਿਰਿਚੁਅਲ ਮੈਸੇਜ ਮੈਨੂੰ ਮਿਲਿਆ, ਐਂਡ ਦੈਟ ਮੈਸੇਜ ਇਜ਼ ਵੈਰੀ ਅਪੀਲਿੰਗ ਐਂਡ ਇਟ ਰੀਅਲੀ ਵਰਕਸ ਵਿਦ ਮਾਈ ਪੇਸ਼ੈਂਟਸ। ਮੈਂ ਵੇਖਿਆ ਉਹ ਰਿਜ਼ਲਟ ਪ੍ਰੋਡਿਊਸ ਕਰ ਰਿਹਾ। ਉਹ ਕਹਿੰਦੇ ਮੈਂ ਕੰਨ ਖੜ੍ਹੇ ਕੀਤੇ ਵੀ ਇਹ ਜਿਹੜਾ ਹੈਗਾ ਨੌਰਦਰਨ ਇੰਡੀਆ ਦੀ ਗੱਲ ਕਰ ਰਹੀ ਹੈ, ਗੱਲ ਕਿਹਦੀ ਹੋ ਰਹੀ ਹੈ? ਉਸ ਤੋਂ ਬਾਅਦ ਉਹਨੇ ਫਿਰ ਉਹ ਮੈਸੇਜ ਪੜ੍ਹਨਾ ਸ਼ੁਰੂ ਕੀਤਾ। ਦੋ ਕੁ ਪਲ ਤਾਂ ਲੱਗੇ ਮੈਨੂੰ, ਕਹਿੰਦੇ ਪਤਾ ਨਹੀਂ ਲੱਗਾ ਵੀ ਕੀ ਕਹਿ ਰਹੀ ਹੋ, ਪਰ ਫਿਰ ਮੈਨੂੰ ਪਕੜ ਆ ਗਈ ਵੀ ਐਕਚੁਅਲ ਲੈਵਲ 'ਤੇ ਗੁਰਬਾਣੀ ਦਾ ਸ਼ਬਦ ਕਹਿ ਰਹੀ ਹੈ। ਅਤੇ ਸ਼ਬਦ ਕਿਹੜਾ ਸੀਗਾ? ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮ ਕੋ ਬਣੇ ਆਈ। ਗੁਰੂ ਅਰਜਨ ਸਾਹਿਬ ਦਾ ਸ਼ਬਦ। ਉਹ ਕਹਿੰਦੇ ਮੈਨੂੰ ਇੱਕਦਮ ਲੱਗਾ ਹਾਂ ਇਹ। ਕਹਿੰਦੀ ਮੈਂ ਆਪਣੇ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਕਹਿੰਦੀ ਹਾਂ ਇਹਨੂੰ ਪੜ੍ਹੋ, ਉਹਨਾਂ ਨੂੰ ਪੜ੍ਹਾਉਂਦੀ ਹਾਂ, ਪੜ੍ਹਾਉਣ ਤੋਂ ਬਾਅਦ ਫਿਰ ਉਹਦੇ ਮੀਨਿੰਗ ਸਮਝਾਉਂਦੀ ਹਾਂ ਉਹਨਾਂ ਨੂੰ। ਫਿਰ ਮੈਂ ਉਹਨਾਂ ਨੂੰ ਕਹਿੰਦੀ ਹਾਂ ਇਹਨਾਂ ਮੀਨਿੰਗਸ ਨੂੰ ਲਗਾਤਾਰ ਤੁਸੀਂ ਦੋ ਹਫ਼ਤੇ ਲਈ ਰਿਪੀਟ ਕਰਨਾ ਆਪਣੇ ਮਾਇੰਡ ਦੇ ਵਿੱਚ, ਉਸ ਤੋਂ ਬਾਅਦ ਫਿਰ ਇਹਨਾਂ ਨੂੰ ਅਪਲਾਈ ਕਰਨਾ ਆਪਾਂ ਹੌਲੀ ਹੌਲੀ। ਹੁਣ ਦੇਖੋ ਸਟ੍ਰੈੱਸ ਕੀ ਹੁੰਦਾ, ਸਟ੍ਰੈੱਸ ਕਿੱਥੋਂ ਵੱਧਦਾ, ਸਟ੍ਰੈਸਰਸ ਹੁੰਦੇ ਕੀ ਨੇ? ਐਕਚੁਅਲੀ ਘਰ ਦੇ ਵਿੱਚ ਨਨਾਣ ਹੈ, ਭਰਜਾਈ ਹੈ, ਸੱਸ ਆ, ਨੂੰਹ ਆ, ਇਹੋ ਜਿਹੇ ਜੀਅ ਹੁੰਦੇ ਨੇ। ਆਪਾਂ ਹਾਊਸ ਇਨਵਾਇਰਮੈਂਟ ਦੀ ਗੱਲ ਕਰਦੇ ਹਾਂ। ਹੁਣ ਇੱਕ ਗੱਲ ਆ, ਉਹ ਸੱਸ ਨੇ ਕਹੀ ਹੈ, ਨੂੰਹ ਨੇ ਸੁਣੀ ਹੈ, ਜੇ ਤਾਂ ਆਪਣਾਪਨ ਹੈ, ਆਪਣਾ ਤਿਆ ਕੀ ਫਰਕ ਪੈਂਦਾ? ਟੋਕੀ ਆਈ ਹੈ ਮੈਨੂੰ, ਇਹ ਕੰਮ ਐਵੇਂ ਨਹੀਂ ਕਰਨਾ, ਐਵੇਂ ਆਪਣਾ ਤਾਂ ਇਹਦੀ ਕੋਈ ਦਿੱਕਤ ਨਹੀਂ ਹੈ। ਦਿੱਕਤ ਕਿੱਥੇ ਹੈ? ਬੇਗਾਨਗੀ ਦੇ ਵਿੱਚ, ਵੀ ਇਹਨੇ ਮੈਨੂੰ ਕਿਹਾ, ਬੇਗਾਨੀ ਨੇ ਮੈਨੂੰ ਕਿਹਾ, ਹਾਂ ਫਿਰ ਮੁਸ਼ਕਲ ਖੜੀ ਹੋ ਗਈ। ਬਿਸਰ ਗਈ ਸਭ ਤਾਤ ਪਰਾਈ, ਜੇ ਪਰਾਈ ਤਾਤ ਹੈ ਹੀ ਨਹੀਂ, ਜੇ ਉਸ ਕਿਸਮ ਦੇ ਨਾਲ ਇੱਕ ਦੂਜੇ ਦੇ ਨਾਲ ਬੇਗਾਨਾਪਨ, ਈਰਖਾ ਦਵੈਖ ਦਾ ਰੰਗ ਹੈ ਹੀ ਨਹੀਂ, ਕਿੱਥੋਂ ਗੁੱਸਾ ਆ ਜਾਏਗਾ? ਬਲਕਿ ਲੱਗੇਗਾ ਇੱਕ ਰੰਗ ਹੋਰ। ਦੇਖੋ ਤੁਸੀਂ ਇਹਨੂੰ ਇਸ ਤਰੀਕੇ ਨਾਲ ਜਾਣੋ, ਜਿਵੇਂ ਸਪੋਜ਼ ਕਰੋ ਕਿ ਸਾਡਾ ਤਾਂ ਰੋਜ਼ਮਰਾ ਦਾ ਮਸਲਾ ਹੁੰਦਾ ਇਹ, ਕੋਈ ਜਿਹੜਾ ਹੈਗਾ
ਲੇਡੀ ਸ਼ਿਕਾਇਤ ਕਰਦੀ ਆਪਣੇ ਬੰਦੇ ਨੂੰ, ਦੇਖਿਆ ਅੱਜ ਫਿਰ ਤੇਰੀ ਮਾਂ ਨੇ ਮੈਨੂੰ ਆਹ ਗੱਲ ਕਹੀ ਹੈ। ਬੰਦਾ ਕਿਵੇਂ ਰਿਸਪੋਂਡ ਕਰੇਗਾ? ਦੋ ਤਰੀਕੇ ਨੇ ਰਿਸਪੋਂਡ ਕਰਨ ਦੇ। ਇੱਕ ਤਾਂ ਇਹ ਹੈਗਾ ਕਿ ਖਬਰਦਾਰ ਜੇ ਮੇਰੀ ਮੰਮੀ ਬਾਰੇ ਕੋਈ ਗੱਲ ਕੀਤੀ ਤਾਂ ਬਸ ਉਹ ਕਹਿ ਗਈ ਠੀਕ ਹੈ ਫਿਰ ਚੱਲ ਸੰਭਾਲ ਆਪਣੀ ਮੰਮੀ, ਆਈ ਐਮ ਲੀਵਿੰਗ ਯੂ, ਕੰਮ ਨਿਬੜਿਆ, ਮਸਲਾ ਹੋਰ ਖੜਾ ਹੋ ਗਿਆ। ਜਾਂ ਸੈਕਿੰਡ ਇਹ ਹੋ ਸਕਦਾ, ਅੱਛਾ ਮੰਮੀ ਨੇ ਗੱਲ ਕੀਤੀ, ਹੁਣੇ ਠੀਕ ਕਰਦੇ ਹਾਂ, ਮੰਮੀ ਇੱਧਰ ਆ, ਝਗੜਾ ਹੋਰ ਖੜਾ ਹੋ ਗਿਆ। ਹੁਣ ਇਹਨੂੰ ਕੀ ਕਿਸ ਤਰ੍ਹਾਂ ਕੀਤਾ ਜਾਏ? ਮੈਨੂੰ ਅਕਸਰ ਰੋਜ਼ਮਰਾ ਦੇ ਵਿੱਚ ਇਸ ਕਿਸਮ ਦੇ ਸਵਾਲਾਤ ਆਉਂਦੇ, ਵੀਰ ਸੱਜਣ ਪੁੱਛਦੇ। ਮੈਂ ਕਹਿੰਦਾ ਵੀ ਸਪੋਜ਼ ਕਰੋ, ਮੈਂ ਆਪਣੀ ਇਗਜ਼ਾਮਪਲ ਕਰਦਾ, ਮੈਂ ਤੁਹਾਡੀ ਥਾਂ 'ਤੇ ਹੋਵਾਂ, ਯਾਨੀ ਕਿ ਆਈ ਡੋਂਟ ਹੈਵ ਦੋਸ ਕਾਇੰਡ ਆਫ ਇਸ਼ੂਜ਼ ਐਟ ਆਲ, ਬਿਕੋਜ਼ ਐਵਰੀਵਨ ਨੋ ਮੀ ਵੈਰੀ ਵੈਲ ਇਨ ਮਾਈ ਹੋਲ ਫੈਮਿਲੀ, ਵੀ ਇਹਦੀ ਇਹਨੂੰ ਕਹਿਣ ਕੁਣ ਦਾ ਕੋਈ ਫਰਕ ਨਹੀਂ ਪੈਣਾ ਹੈਗਾ, ਮਤਲਬ ਇਸ ਤਰੀਕੇ ਨਾਲ, ਕਿਉਂਕਿ ਵੱਖ ਵੱਖਰੇ ਤਰੀਕੇ ਨਾਲ ਹੈਗਾ। ਹੁਣ 'ਚ ਹੁੰਦਾ ਇਹ ਹੈ ਕਿ ਸਪੋਜ਼ ਕਰੋ, ਮੈਂ ਕਿਹਾ ਮੈਨੂੰ ਕਹਿੰਦੀ ਸਪੋਜ਼ ਮੈਨੂੰ, ਮੈਂ ਤੇਰੀ ਥਾਂ 'ਤੇ ਹੁੰਦਾ ਮੈਂ ਕੀ ਕਰਦਾ? ਉਹਦੇ 'ਚ ਇਹ ਹੋਣਾ ਸੀਗਾ ਕਿ ਜੇ ਸਪੋਜ਼ ਵਾਈਫ ਕਹਿ ਰਹੀ ਹੈਗੀ ਹੈ ਅੱਜ ਮੰਮੀ ਨੇ ਮੈਨੂੰ ਆਹ ਗੱਲ ਕਹੀ, ਸੁਣ ਲਈ, ਉਸ ਤੋਂ ਬਾਅਦ ਕਮਾ ਲਿਆ, ਦੇਖਿਆ ਮੰਮੀ ਕਿੰਨਾ ਫਿਕਰ ਕਰਦੀ ਤੇਰਾ, ਹੁਣ ਕੀ ਹੈ? ਅਗਲਾ ਹੋਰ ਖਿਜੇਗਾ, ਖਿੱਚ ਕੇ ਕਹੇਗਾ ਤੁਸੀਂ ਇਹ ਗੱਲ ਕਹਿ ਰਹੇ ਹੋ ਇਸ ਤਰੀਕੇ? ਨਹੀਂ ਨਹੀਂ, ਸੋਚ ਕੇ ਵੇਖ ਇਸ ਤਰੀਕੇ ਨਾਲ, ਜੇ ਕੋਈ ਫਿਕਰ ਕਰਦਾ ਤਾਂ ਹੀ ਕਹਿੰਦਾ ਉਹਦੇ ਬਾਰੇ, ਅਦਰਵਾਈਜ਼ ਕਿਉਂ ਕਹੇਗਾ? ਉਹ ਬੰਦੇ ਨੇ ਸੋਚਣਾ ਇਹਦੇ ਨਾਲ ਗੱਲ ਕਰਨ ਦਾ ਫਾਇਦਾ ਕੋਈ ਨਹੀਂ, ਗੱਲ ਗਾਹ ਨਹੀਂ ਵਧਣੀ, ਕਿਉਂਕਿ ਗੱਲ ਜਿਵੇਂ ਪਰਸੀਵ ਕਰਾਉਣੀ ਸੀ ਤਾਂ ਹੋਈ ਨਹੀਂ। ਸੇਮ ਵੇ ਮੋਮ ਕਹੇ ਵੀ ਦੇਖਿਆ, ਇਹ ਨਹੀਂ ਆਖੇ ਲੱਗਦੀ ਹੈ ਅਤੇ ਇਸ ਤਰੀਕੇ ਦੇ ਨਾਲ ਸਾਰੀ ਗੱਲਬਾਤ ਹੁੰਦੀ ਹੈ। ਮੋਮ ਦੇਖ, ਤੈਨੂੰ ਰੱਬ ਨੇ ਇਸ ਉਮਰ 'ਚ ਵੀ ਕੰਮ ਦਿੱਤਾ ਆ, ਕੰਮ ਦਿੱਤਾ ਹੈ, ਤੂੰ ਇੱਕ ਹੋਰ ਬੱਚਾ ਪਾਲਣਾ ਇਹ ਵੱਡੇ ਬੱਚੇ ਦੇ ਨਾਲ, ਸਮਝਾਉਣਾ ਹੈ ਇਹਨੂੰ ਮੰਮੀ ਕਿੰਨਾ ਵਧੀਆ ਕੰਮ ਦਿੱਤਾ ਤੈਨੂੰ ਰੱਬ ਜੀ ਨੇ, ਤੈਨੂੰ ਬੜਾ ਧਿਆਨ ਨਾਲ ਕਰਨਾ ਪਏਗਾ, ਮੈਂ ਤਾਂ ਐਸਾ ਨਾ ਹੋਏ ਇਹ ਬੱਚਾ ਖਿਜੀ ਜਾਏ ਅਤੇ ਕੋਈ ਸਿੱਖੇ ਨਾ ਤੇਰੇ ਕੋਲੋਂ। ਹੁਣ ਡੈਫੀਨੇਟਲੀ ਮੋਮ ਦਾ ਪਰਸੀਵਿੰਗ ਲੈਵਲ ਸੀ ਡਿਫਰੈਂਟ ਕਰ ਰਹੇ ਆ। ਇਹ ਸੰਸਾਰ ਦੇ ਵਿੱਚ ਇਹੀ ਰਿਸ਼ਤੇ ਸੁੱਖ ਦਿੰਦੇ ਨੇ, ਇਹੀ ਸੰਸਾਰ ਸੁੱਖ ਦਿੰਦਾ ਹੈਗਾ। ਜਿਹੜੇ ਸੋਰੀ ਟੂ ਸੇ, ਮੈਂ ਉਸ ਰੂਪ ਵਿੱਚ ਨਹੀਂ ਗੱਲ ਕਰਦਾ, ਪਰ ਜਿਹੜੇ ਲੋਕ ਕਈ ਵਾਰੀ ਫੇਕ ਯੋਗਿਕ ਕਿਰਿਆਵਾਂ ਕਰਦੇ ਹੋਏ ਅਤੇ ਹੱਸ ਹੱਸਦੇ ਨਾ, ਐਵੇਂ ਹੱਸੋ ਜ਼ੋਰ ਲਾ ਕੇ, ਹਾ 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 ਹਾ, ਇਸ ਤਰੀਕੇ ਨਾਲ, ਇਸ ਤਰ੍ਹਾਂ ਜ਼ਿੰਦਗੀ ਕੁਛ ਨਹੀਂ ਹੁੰਦੀ। ਦੈਟ ਇਜ਼ ਜਸਟ ਏ ਕਾਇੰਡ ਆਫ ਚੀਟਿੰਗ ਵਿਦ ਯੂਰ ਓਨ ਮਾਇੰਡ। ਜਿਹੜੇ ਲੋਕ ਸੋਚਦੇ ਨਾ ਕਿ ਖਾਸ ਕਿਸਮ ਦੇ ਨਾਲ ਇਹ, ਨਾ ਨਾ ਨਾ, ਰਿਲੇਸ਼ਨਸ਼ਿਪ ਡੀਲਿੰਗ, ਇਫ ਯੂ ਡੋਂਟ ਨੋ ਹਾਊ ਟੂ ਡੀਲ ਇਨ ਆਵਰ ਐਕਚੁਲੀ ਰਿਲੇਸ਼ਨਸ਼ਿਪਸ ਔਰ ਵੈਰੀ ਕਲੋਜ਼ ਪੀਪਲਸ, ਦੈਨ ਡੈਫੀਨੇਟਲੀ ਅਸੀਂ ਜਿਹੜਾ ਹੈਗਾ ਜ਼ਿੰਦਗੀ 'ਚ ਕੋਈ ਸੁੱਖ ਦਾ ਉਹ ਅਹਿਸਾਸ ਨਹੀਂ ਮਾਣ ਸਕਾਂਗੇ। ਬਾਬਾ ਜੀ ਨੇ ਜਿਹੜਾ ਇੱਥੇ ਜ਼ਿਕਰ ਕੀਤਾ ਹੈ ਨਾ, ਬਾਬਾ ਜੀ ਕਹਿੰਦੇ ਤੂੰ ਨਾ ਇਸ ਰੂਪ ਵਿੱਚ ਆਪਣੇ ਆਪ ਨੂੰ ਪ੍ਰਪੇਅਰ ਕਰ, ਉਸ ਕਰਤਾਰ ਦੇ ਰੰਗ ਵਿੱਚ ਅੰਤਰ ਬਾਹਰ ਇੱਕੋ ਜਾਣਾ, ਇੱਕੋ ਹੀ ਸਮਝ। ਅਕਾਲ ਪੁਰਖ ਵਾਹਿਗੁਰੂ ਦੇ ਵਰਸਾਏ ਜੀਆਂ, ਇੱਕ ਪਿਤਾ ਇੱਕ ਸਕੇਹ ਮੁਬਾਰਕ, ਫਰਕ ਕੀ ਹੈ, ਇੱਕ ਛੱਤ ਹੇਠ ਰਹਿੰਦੇ ਇੱਕੋ ਤਰ੍ਹਾਂ ਦੇ ਹੈਗੇ ਹਾਂ, ਇਸ ਰੂਪ ਵਿੱਚ ਆਪਣੇ ਆਪ ਨੂੰ ਚੀਜ਼ਾਂ ਨੂੰ ਪਰਸੀਵ ਕਰ। ਨਾਨਕ ਅਗਨ ਮਰੈ ਸਤਿਗੁਰ ਕਹਿ ਪਾਣੈ, ਅਗਨੀ ਨੂੰ ਤੁਸੀਂ ਜ਼ੋਰ ਲਾ ਕੇ ਨਹੀਂ ਮਾਰ ਸਕਦੇ। ਮਤਲਬ ਮੈਂ ਇਹ ਕਹਾਂ ਕਿ ਤੁਹਾਡੇ ਅੰਦਰ ਕੋਈ ਈਰਖਾ ਦਵਾਇਕ, ਨਫ਼ਰਤ, ਗੁੱਸਾ, ਸਾੜਾ ਕੋਈ ਚੀਜ਼ ਚੱਲ ਰਹੀ ਹੈ, ਇਹਨੂੰ ਇੱਕਦਮ ਸੱਟ ਦਿਓ, ਐਵੇਂ ਕੋਈ ਨਹੀਂ ਸੱਟਦਾ। ਹਾਂ, ਇਹਦੇ ਤੋਂ ਤੁਸੀਂ ਬਾਹਰ ਆ ਸਕਦੇ ਹੈਗੇ ਹੋ। ਪਹਿਲੀ ਗੱਲ ਇਹ ਹੈ, ਇਹਦੇ ਬਾਰੇ ਗੱਲ ਕਰੋ, ਜਿਵੇਂ ਪਹਿਲਾਂ ਬਾਤ ਕੀਤੀ, ਤੁਸੀਂ ਅਗਲੇ ਨੂੰ ਰੋਕ ਨਹੀਂ ਰਹੇ ਵੀ ਤੂੰ ਮੈਨੂੰ ਉਲਾਮਾ ਨਾ ਦੇ, ਮੈਨੂੰ ਮਾਂ ਬਾਰੇ, ਮੈਨੂੰ ਜਾਂ ਨੂੰ ਬਾਰੇ ਜਾਂ ਘਰ ਦੇ ਹੋਰ ਮੈਂਬਰ ਬਾਰੇ ਗਲਤ ਨਾ ਕਹਿ, ਜਾਂ ਮੈਂ ਤੈਨੂੰ ਇਸ ਗੱਲੋਂ ਨਹੀਂ ਰੋਕ ਰਿਹਾ, ਤੂੰ ਕਹਿ ਸਕਦਾ ਹੈ, ਨਹੀਂ ਤਾਂ ਤੇਰੇ ਅੰਦਰ ਪਈ ਹੋਈ ਚੀਜ਼ ਉਹ ਤਾਂ ਬਲਾ ਬਣ ਜਾਏਗੀ। ਇਹ ਤਾਂ ਕਹਿਣਾ ਜ਼ਰੂਰੀ ਹੈ, ਇਹ ਬੋਲਣਾ ਜ਼ਰੂਰੀ ਹੈ, ਦੱਸਣਾ ਜ਼ਰੂਰੀ ਹੈ, ਫੀਲਿੰਗਸ ਸ਼ੇਅਰ ਕਰਨੀਆਂ ਜ਼ਰੂਰੀ ਨੇ, ਪਰ ਉਸ ਜਗ੍ਹਾ 'ਤੇ ਜਿੱਥੇ ਅਗਲਾ ਸਮਝ ਸਕੇ ਤੁਹਾਨੂੰ।
ਹੁੰਦਾ ਕੀ ਹੈ, ਅਸੀਂ ਗੈਰ ਵਾਜਬ ਜਗ੍ਹਾ ਦੇ ਉੱਤੇ ਫੀਲਿੰਗਸ ਸ਼ੇਅਰ ਕਰਦੇ ਹਾਂ, ਜਿਹੜੀ ਚੁਗਲੀ ਬਣਦੀ ਹੈ, ਬਖੀਲੀ ਬਣਦੀ ਹੈ, ਝਗੜਾ ਬਣਦੀ ਹੈ। ਆਇਆ ਤੁਸੀਂ ਅਧਿਕਾਰੀ ਜਗ੍ਹਾ ਦੇ ਉੱਤੇ, ਮੈਂ ਫਿਰ ਬਿਆਨ ਕਰਾਂਗਾ, ਹਸਬੈਂਡ ਵਾਈਫ ਅਸੀਂ ਖਾਸ ਕਰਕੇ ਜਿਹੜੀ ਪ੍ਰੀ ਮੈਰੀਟਲ ਕਾਉਂਸਲਿੰਗ ਕਰਦੇ ਹਾਂ ਉਹਦੇ 'ਚ ਅਸੀਂ ਇਹੀ ਸਿਖਾਉਂਦੇ ਹਾਂ, ਇੱਕ ਦੂਜੇ ਤੋਂ ਤੁਹਾਨੂੰ ਕੋਈ ਸ਼ਿਕਾਇਤ ਆ ਤੁਸੀਂ ਉੱਤੇ ਕਿਵੇਂ ਕੰਮ ਕਰੋਗੇ। ਮੋਸਟਲੀ ਕਪਲਸ ਕਹਿੰਦੇ ਵੀ ਡੋਂਟ ਥਿੰਕ ਵੀ ਗੋਨਾ ਹੈਵ ਦੈਟ ਟਾਈਮ, ਮੈਂ ਕਿਹਾ ਨਹੀਂ ਨਹੀਂ, ਇਸ ਤਰ੍ਹਾਂ ਦਾ ਕਦੀ ਵੀ ਨਹੀਂ ਹੋ ਸਕਦਾ। ਲੇਟਰ ਔਰ ਸੂਨਰ ਇੱਕ ਦੂਜੇ ਨਾਲ ਸ਼ਿਕਾਇਤਾਂ ਹੋਣਗੀਆਂ ਤੁਹਾਨੂੰ ਵੀ ਇਹਦਾ ਆਹ ਨਹੀਂ ਠੀਕ, ਇਸ ਤਰ੍ਹਾਂ ਨਹੀਂ, ਇਹ ਵਿਹਾਰ ਬਿਹੇਵੀਅਰ 'ਚ ਇਹ ਪ੍ਰੋਬਲਮ ਹੈ, ਪ੍ਰੋਬਲਮ ਹੈ, ਕਿਵੇਂ ਕਰੋਗੇ ਠੀਕ ਉਹਨੂੰ। ਅਸੀਂ ਫਿਰ ਕਿਸੇ ਨੂੰ ਕਿਸੇ ਦੀ ਹੈਲਪ ਲਵਾਂਗੇ, ਪ੍ਰੋਫੈਸ਼ਨਲ ਕੋਲ ਜਾਵਾਂਗੇ। ਨੋ ਨੋ ਨੋ, ਦੈਟ ਇਜ਼ ਦਾ ਲਾਸਟ ਸਟੈਪ, ਇਸ ਤੋਂ ਬਾਅਦ ਤਾਂ ਠੀਕ ਹੋਣ ਦਾ ਮਤਲਬ ਹੀ ਨਹੀਂ ਰਹਿੰਦਾ। ਫਿਰ ਇੱਕ ਦੂਜੇ ਨੂੰ ਦੱਸੋਗੇ, ਇੰਨਾ ਕੁ ਰੂਮ ਰੱਖੋ ਇੱਕ ਦੂਜੇ ਦੇ ਪ੍ਰਤੀ, ਇੱਕ ਦੂਸਰੇ ਤੋਂ ਇੱਕ ਦੂਜੇ ਦੀ ਸ਼ਿਕਾਇਤ ਵੀ ਸੁਣ ਸਕੋ, ਇਹ ਬੜਾ ਜ਼ਰੂਰੀ ਹੈ। ਨਹੀਂ ਤਾਂ ਜਿਹੜੀ ਅੰਦਰ ਦੀ ਅੱਗ ਆ, ਜੇ ਉਹਨੂੰ ਉਸ ਲੈਵਲ 'ਤੇ ਨਹੀਂ ਬਾਹਰ ਕੱਢੋਗੇ, ਉਹ ਸਾੜ ਦੇਗੀ ਸਾਰੇ ਦਾ ਸਾਰਾ। ਇਹ ਅਗਨ ਮਰੈ ਮਰ ਜਾਂਦੀ ਹੈ ਹੌਲੀ ਹੌਲੀ। ਕਦੋਂ ਮਰ ਜਾਂਦੀ ਹੈ? ਜਦੋਂ ਤੁਸੀਂ ਉਹਦੇ ਉੱਤੇ ਹੋਰ ਬਾਲਣ ਪਾਉਣਾ ਬੰਦ ਕਰ ਦਿੰਦੇ ਹੋ, ਲਗਾਤਾਰ ਉਹਨੂੰ ਤੁਸੀਂ ਅੰਦਰ ਸੋਚ ਦੇ ਲੈਵਲ 'ਤੇ ਲਿਜਾਣਾ ਬੰਦ ਕਰ ਦਿੰਦੇ ਹੋ, ਐਂਡ ਸੈਕਿੰਡ ਲੈਵਲ ਦੇ ਉੱਤੇ ਜਿਹਨੂੰ ਦੱਸਦੇ ਹੋ, ਜਿਹਨੂੰ ਕਹਿੰਦੇ ਹੋ, ਉਹ ਬੰਦਾ ਉਹਨੂੰ ਇਸ ਤਰੀਕੇ ਨਾਲ ਲੈਂਦਾ ਹੈਗਾ। ਉਹ ਸਪੋਜ਼ ਕਰੋ, ਸਿੰਪਲ ਹੈ, ਜਿਵੇਂ ਮੈਂ ਪਹਿਲੀ ਗੱਲ ਹੀ ਕੀਤੀ ਹੈ, ਇਹ ਲਿਟਰਲੀ ਤੌਰ 'ਤੇ ਅਸੀਂ ਰੋਲ ਪਲੇਇੰਗ ਕਰਦੇ ਹਾਂ ਕਈ ਵਾਰੀ ਕਾਉਂਸਲਿੰਗ ਦੇ ਵਿੱਚ। ਉਹ ਜਿਵੇਂ ਹੁਣ ਕਹਿੰਦਾ ਕਿ ਵਾਈਫ ਇਹ ਕਹਿ ਰਹੀ ਹੈਗੀ ਹੈ ਵੀ ਅੱਜ ਫਿਰ ਤੇਰੀ ਮੋਮ ਨੇ ਮੈਨੂੰ ਆਹ ਗੱਲ ਕਹੀ, ਇਸ ਤਰ੍ਹਾਂ ਕਿਹਾ, ਇਸ ਤਰ੍ਹਾਂ ਕਿਹਾ, ਅਤੇ ਉਹ ਕਹਿੰਦਾ ਤੁਸੀਂ ਕਿਵੇਂ, ਤੁਸੀਂ ਕਿਸ ਰੂਪ ਵਿੱਚ ਇਹਨੂੰ ਡੀਲ ਕਰੋਗੇ? ਅਤੇ ਮੈਂ ਜਿਵੇਂ ਦੱਸਿਆ ਹੈਗਾ ਕਿ ਮੈਂ ਉਹਨੂੰ ਕਹਾਂਗਾ ਕਿ ਦੇਖ ਕਿੰਨਾ ਫਿਕਰ ਕਰਦੀ ਹੈ ਮੰਮੀ ਤੇਰਾ, ਹੈ ਨਾ, ਤੂੰ ਬਲੈਸਡ ਨਹੀਂ ਹੈਗੀ। ਅਤੇ ਫਿਰ ਉਹ ਡੈਫੀਨੇਟਲੀ ਗੁੱਸਾ ਵੀ ਕਰ ਸਕਦੀ ਹੈ ਇਸ ਰੂਪ ਵਿੱਚ। ਫਿਰ ਉਹਦਾ ਬਕਾਇਦਾ ਤੌਰ 'ਤੇ ਉਹਨੂੰ ਜਿਹੜਾ ਹੈਗਾ ਫਿਰ ਇਸ ਅਹਿਸਾਸ ਵਿੱਚ ਲਿਜਾਣਾ, ਦੇਖ ਮੈਂ ਬਹੁਤ ਥੈਂਕਸ ਕਰਦਾ ਤੇਰਾ, ਤੂੰ ਇਹ ਗੱਲ ਮੇਰੇ ਨਾਲ ਕੀਤੀ, ਤੂੰ ਸਮਝਿਆ ਮੈਨੂੰ, ਮੈਂ ਤੇਰਾ ਵੈਲ ਵਿਸ਼ਰ ਹੈਗਾ, ਮੈਂ ਦੁਸ਼ਮਣ ਨਹੀਂ ਹੈਗਾ ਤੇਰਾ, ਇਸ ਇਹੀ ਤਾਂ ਰਿਸ਼ਤਾ ਆ। ਡੋਂਟ ਵਰੀ, ਜੋ ਤੇਰੇ ਮਨ 'ਚ ਤੂੰ ਕਹਿ ਸਕਦੀ ਹੈ ਮੈਨੂੰ ਐਨੀ ਟਾਈਮ। ਹੁਣ ਇੱਥੋਂ ਬਾਤ ਹੋ ਗਈ, ਇਹ ਹੈ ਕਿਸੇ ਦੇ ਅੰਦਰ ਦੀ। ਨਹੀਂ ਤਾਂ ਹੋਏਗਾ ਕਿ ਹਸਬੈਂਡ ਅਲਾਓ ਨਹੀਂ ਕਰਦਾ ਬੋਲਣਾ, ਪਰਿਵਾਰ 'ਚ ਹਾਲਾਤ ਮੇਰੇ ਮੁਤਾਬਕ ਨਹੀਂ ਚੱਲਦੇ, ਮੇਰਾ ਪਰਸੀਵਿੰਗ ਲੈਵਲ ਡਿਫਰੈਂਟ ਆ, ਫਿਰ ਅਖੀਰ ਦੇ 'ਚ ਪਤਾ ਕੌਣ ਬਚਦੇ ਨੇ ਪਿੱਛੇ? ਬੱਚੇ। ਇਸ ਕਰਕੇ ਇੱਕ ਘਰ ਦੇ ਵਿੱਚ ਦੋ ਦੋ ਘਰ ਬਣ ਜਾਂਦੇ ਨੇ। ਬੱਚਿਆਂ 'ਤੇ ਫਿਰ ਅਸੀਂ ਕੰਨ ਭਰਦੇ ਹਾਂ, ਉਹ ਫਿਰ ਬੱਚੇ ਉਹਨਾਂ ਦੇ ਵਿੱਚ ਖਟਾਸ ਪੈਦਾ ਹੋਣੀ ਸ਼ੁਰੂ ਹੁੰਦੀ ਹੈ ਮਾਂ ਬਾਰੇ, ਪਿਤਾ ਬਾਰੇ। ਇਸ ਰੂਪ ਦੇ 'ਚ ਵੱਧਦੀ ਉਮਰ ਦੇ ਨਾਲ ਫਿਰ ਅਸੀਂ ਸੋਚਦੇ ਹਾਂ, ਕਮਾਲ ਹੈ ਜ਼ਿੰਦਗੀ ਲਾ ਤੀ ਨਾ ਬੱਚਿਆਂ ਵਾਸਤੇ, ਪਰ ਜਿਵੇਂ ਬੱਚਿਆਂ ਨੂੰ ਪਿਆਰ ਕਰਨਾ ਚਾਹੀਦਾ ਐਵੇਂ ਕਿਉਂ ਨਹੀਂ ਕਰਦੇ? ਇਹ ਜਜਮੈਂਟਲ ਕਿਉਂ ਨੇ? ਇਹ ਜੱਜ ਕਿਉਂ ਕਰਦੇ ਨੇ ਸਾਨੂੰ? ਬਈ ਤੁਸੀਂ ਖੁਦ ਲਾਇਆ ਇਹਨਾਂ ਨੂੰ, ਡੇ ਬਾਈ ਡੇ ਇਹ ਚੀਜ਼ਾਂ ਭਰੀਆਂ ਨੇ ਵਿੱਚ ਇੱਕ ਦੂਜੇ ਦੇ ਪ੍ਰਤੀ। ਜੇ ਇਹ ਚੀਜ਼ ਨਾ ਹੋਏ ਉਸ ਤਰੀਕੇ ਦੇ ਨਾਲ, ਦੇਖੋ ਇੱਕ ਤੋਂ ਬਾਅਦ ਇੱਕ ਚੀਜ਼ਾਂ ਨੇ ਸੰਸਾਰ ਵਿੱਚ। ਮਹਾਰਾਜ ਇੱਥੇ ਜਿਹੜਾ ਜ਼ਿਕਰ ਕਰ ਰਹੇ ਨਾ, ਫਿਰ ਦੇਖੋ ਇਸ ਲਾਈਨ ਨੂੰ ਸਾਹਿਬ ਜ਼ਿਕਰ ਕਰਦੇ, ਉਹ ਪੁੱਛਦੇ ਨੇ ਅਗਨ ਕਿਵੇਂ ਮਰ ਸਕਦੀ ਹੈ? ਬਾਬਾ ਜੀ ਨੇ ਜ਼ਿਕਰ ਕੀਤਾ, ਨਾਨਕ ਅਗਨ ਮਰੈ ਸਤਿਗੁਰ ਕੈ ਭਾਣੈ। ਤੁਸੀਂ ਸਤਿਗੁਰੂ ਦੇ ਭਾਣੇ ਦੇ ਵਿੱਚ ਆਓ। ਹੁਣ ਸਤਿਗੁਰੂ ਦਾ ਭਾਣਾ ਕੀ ਹੈ? ਸਤਿਗੁਰੂ ਨੂੰ ਕੀ ਚੰਗਾ ਲੱਗਦਾ? ਗੁਰੂ ਨਾਨਕ ਸਾਹਿਬ ਨੂੰ ਕੀ ਚੰਗਾ ਲੱਗੇਗਾ?
ਗੁਰੂ ਨਾਨਕ ਸਾਹਿਬ ਨੂੰ ਇਹ ਚੰਗਾ ਲੱਗੇਗਾ ਕਿ ਤੁਸੀਂ ਘਰਦਿਆਂ ਨਾਲ ਲੜ ਭਿੜ ਕੇ ਝਗੜ ਵਗੜ ਕੇ ਸਭ ਕਰ ਕਰਾ ਕੇ ਅਤੇ ਲੰਗੋਟ ਲਾ ਕੇ ਜੋਗੀ ਬਣ ਜਾਓ। ਬਾਬਾ ਨਾਨਕ ਜੀ ਨੂੰ ਚੰਗਾ ਲੱਗਣਾ, ਬਾਬਾ ਨਾਨਕ ਜੀ ਕਹਿੰਦੇ ਠੀਕ ਨਹੀਂ ਹੈਗਾ ਸੰਸਾਰ ਵਿੱਚ ਰਹਿਣਾ, ਜਾਂ ਬਾਬਾ ਨਾਨਕ ਜੀ ਨੂੰ ਇਹ ਚੰਗਾ ਲੱਗੇਗਾ ਕਿ ਤੁਸੀਂ ਸਾਰਿਆਂ ਦੇ ਦਿਲ ਦਿਖਾਓ, ਸਾਰਿਆਂ ਦੇ ਜਿਹੜਾ ਹੈਗਾ ਦਿਲ ਚਾਕ ਕਰੋ ਇਸ ਰੂਪ ਵਿੱਚ ਆਪਣੇ ਆਪ ਨੂੰ। ਬਾਬਾ ਜੀ ਤਾਂ ਕਹਿੰਦੇ ਨਹੀਂ, ਚਾਹੀਦਾ ਤਾਂ ਇਹ ਹੈਗਾ ਕਿ ਅਸੀਂ ਆਪਣੇ ਆਪ ਨੂੰ ਸਭਨਾਂ ਦੇ ਪੈਰਾਂ ਦੀ ਰੇਨ ਬਣਾ ਦਈਏ, ਹਲੀਮੀ 'ਚ ਆ ਜਾਈਏ। ਸੋ ਇਹ ਭਾਣਾ, ਇਹਦੇ ਜ਼ਰੀਏ ਹੀ ਅਗਨ ਅੰਦਰ ਦੀ ਮਰੇਗੀ, ਸਾਡੇ ਅੰਦਰ ਦਾ ਜਿਹੜਾ ਅਸਲ ਰੂਪ ਵਿੱਚ ਉਸਰਾਊਪੁਣਾ ਆਏਗਾ, ਉਹ ਚੀਜ਼ ਸਾਡੇ ਅੰਦਰ ਹੋ ਸਕੇਗੀ। ਇਹ ਮਹਾਰਾਜ ਨੇ ਇਹਦੇ 'ਚ ਜਿਹੜਾ ਹੈਗਾ ਜ਼ਿਕਰ ਕੀਤਾ, ਨਾਨਕ ਅਗਨ ਮਰੈ ਸਤਿਗੁਰ ਕੈ ਭਾਣੈ, ਉਸ ਰੂਪ ਵਿੱਚ ਬਾਤ ਕੀਤੀ, ਸੱਚ ਪੈ ਰਾਤਾ ਗਰਭ ਨਿਵਾਰੈ। ਹੁਣ ਪਿਛਲੇ ਪਦੇ 'ਚ ਵੀ ਗੱਲ ਹੋ ਰਹੀ ਸੀ, ਹਾਂ ਹਾਂ ਮੈਂ ਵਿੱਚੋਂ ਖੋਵੈ, ਹੁਣ ਆਇਆ ਸੱਚ ਪੈ ਰਾਤਾ ਗਰਭ ਨਿਵਾਰੈ। ਉਹਨੇ ਕਿਹਾ ਸੀ ਜਿੱਤ ਗਰਭ ਜਾਏ ਸੋ ਕਵਨ ਆਹਾਰ। ਜੋਗੀਆਂ ਦਾ ਸਵਾਲ ਇਹ ਸੀਗਾ, ਹੰਕਾਰ ਮਰ ਜੇ ਇਹੋ ਜਿਹੀ ਕਿਹੜੀ ਖੁਰਾਕ ਆ? ਬਾਬਾ ਜੀ ਜਵਾਬ ਦੇ ਰਹੇ ਨੇ ਇਹਦੇ ਵਿੱਚ, ਸੱਚ ਪੈ ਰਾਤਾ ਗਰਭ ਨਿਵਾਰੈ, ਇੱਕੋ ਜਾਤਾ ਸ਼ਬਦ ਵਿਚਾਰ ਹੈ। ਜ਼ਿਕਰ ਆਇਆ ਸੱਚ ਪੈ ਰਾਤਾ, ਸੱਚੇ ਨਿਰਮਲ ਭੈ ਵਿੱਚ ਰਹਿਣਾ, ਰੱਬ ਦੇ ਭੈ ਵਿੱਚ ਰਹਿਣਾ। ਰੱਬ ਦੇ ਭੈ ਵਿੱਚ ਰਹਿਣ ਤੋਂ ਮਾਇਨੇ ਕੀ ਨੇ? ਜੀਵਨ ਵਿੱਚ ਜਦੋਂ ਅਸੀਂ ਵਿਚਰਦੇ ਹਾਂ, ਬੰਦਾ ਜਿੱਥੇ 'ਤੇ ਹੁੰਦਾ ਹੈ ਤਾਕਤਵਰ, ਉੱਥੇ ਸਪੋਜ਼ ਕਰੋ ਮੇਰੇ ਕੋਲ ਸਮਰੱਥਾ, ਮੈਂ ਤਾਕਤਵਰ ਹਾਂ, ਅਤੇ ਮੇਰੇ ਸਾਹਮਣੇ ਕਿਸੇ ਨੇ ਗਲਤੀ ਕੀਤੀ ਹੈ, ਅਤੇ ਮੈਂ ਕਹਿੰਦਾ ਵੀ ਹੁਣ ਇਹਨੂੰ ਸਬਕ ਸਿਖਾ ਕੇ ਛੱਡਣਾ, ਮੈਂ ਫਿਰ ਉਹਨੂੰ ਬਿਲਕੁਲ ਬੰਦਾ ਬਣਾ ਦਾ, ਸਬਕ ਸਿਖਾ ਤਾ, ਕਿਉਂਕਿ ਤਾਕਤ ਸੀ ਮੇਰੇ ਕੋਲ। ਜਿੱਥੇ ਮੇਰੇ ਕੋਲ ਤਾਕਤ ਨਹੀਂ ਹੈ ਅਤੇ ਕਿਸੇ ਨੇ ਗਲਤੀ ਕਰ ਦਿੱਤੀ ਹੈ, ਫਿਰ ਮੈਂ ਪਤਾ ਕੀ ਕਹਿੰਦਾ? ਫਿਰ ਕਹਿੰਦਾ ਫਿਰ ਨਾ ਮੈਂ ਮਾਫ਼ ਕਰਦਾ ਉਹਨੂੰ। ਮੈਂ ਕੋਈ ਗੱਲ ਨਹੀਂ, ਗੱਲ ਕੀ ਹੈ, ਅਸਲ 'ਚ ਮੇਰਾ ਜ਼ੋਰ ਕੋਈ ਨਹੀਂ। ਹਕੀਕਤ ਇਹ ਹੈ ਮੇਰੇ ਕੋਲ ਜ਼ੋਰ ਹੋਏ, ਤਾਕਤ ਹੋਏ, ਫਿਰ ਮੈਂ ਮਾਫ਼ ਕਰਾਂ। ਪਰ ਇਹ ਕਦੋਂ ਕਰਾਂਗਾ? ਜਦੋਂ ਰੱਬ ਦੇ ਭੈ ਵਿੱਚ ਹੋਵਾਂਗਾ, ਜਦੋਂ ਅਹਿਸਾਸ ਹੋਏਗਾ ਆਖਿਰਕਾਰ ਅਕਾਲ ਪੁਰਖ ਵਾਹਿਗੁਰੂ ਤੋਂ ਮੈਂ ਵੀ ਤਾਂ ਗਲਤੀਆਂ ਦੀਆਂ ਮਾਫ਼ੀਆਂ ਮੰਗਣਾ ਹੀ ਆ ਰੋਜ਼, ਮਾਲਕ ਵੀ ਤਾਂ ਮੈਨੂੰ ਮਾਫ਼ ਕਰਦਾ ਹੀ ਹੈ। ਇਹਦੇ 'ਚ ਮੈਂ ਥੋੜ੍ਹੀ ਜਿਹੀ ਕੋਰਲੇਟ ਕਰਕੇ ਚੀਜ਼ ਕਹਿ ਦਿੰਦਾ ਵਾਂ, ਕਿਉਂਕਿ ਜੇ ਇਹਨੂੰ ਸਰਲ ਭਾਵ ਵਿੱਚ ਸਮਝਾਂਗੇ ਚੀਜ਼ ਸਮਝ ਵੀ ਆ ਜਾਏਗੀ। ਇੱਕ ਆਪਣੇ ਸ਼ਾਇਦ ਕਦੀ ਇੱਕ ਬਹੁਤ ਮਕਬੂਲ ਚੀਜ਼ ਹੈ ਸ਼ੇਕਸਪੀਅਰ ਦੀ ਲਿਖੀ ਹੋਈ, ਮਰਚੈਂਟ ਆਫ ਵੈਨਿਸ, ਕਦੀ ਪੜ੍ਹਿਆ ਹੋਏਗਾ ਸ਼ਾਇਦ। ਉਹਦੇ 'ਚ ਉਹਨੇ ਜਿਹੜੀ ਲਾਸਟ 'ਤੇ ਜਾ ਕੇ ਗੱਲ ਕੀਤੀ ਹੈ, ਅਕਸਰ ਮੈਂ ਉਹਨੂੰ ਕੋਟ ਕਰਦਾ ਹਾਂ, ਉਹ 'ਚ ਹੁੰਦਾ ਇਹ ਹੈ ਕਿ ਉਹ ਵਪਾਰੀ ਨੇ ਕਿਸੇ ਸ਼ਾਹੂਕਾਰ ਤੋਂ ਪੈਸੇ ਉਧਾਰ ਲਏ ਹੁੰਦੇ ਨੇ, ਅਤੇ ਕੋਂਟਰੈਕਟ ਹੋਇਆ ਹੁੰਦਾ ਹੈਗਾ, ਉਹ ਕੋਂਟਰੈਕਟ ਦੇ ਅਕੋਰਡਿੰਗਲੀ ਉਹਦੇ ਦਿਲ ਦਾ ਖੂਨ ਕੱਢਣਾ ਹੁੰਦਾ, ਤੋਂ ਸਭ ਚੀਜ਼ਾਂ ਹੁੰਦੀਆਂ ਨੇ। ਅਖੀਰ ਉਹ ਵਪਾਰੀ ਪੈਸੇ ਨਹੀਂ ਦੇ ਪਾਉਂਦਾ, ਕੋਰਟ 'ਚ ਚਲਾ ਜਾਂਦਾ, ਤੋ ਸਾਰਾ ਤੁਸੀਂ ਉਹ ਸਾਰਾ ਸ਼ਬਦ ਦੇਖ ਕੇ ਪੜ੍ਹਿਆ ਸੁਣਿਆ ਹੋਏ। ਅਖੀਰ ਉਹ ਫਸ ਜਾਂਦਾ ਵਪਾਰੀ ਵਿਚਾਰਾ, ਉਹਦਾ ਫਿਰ ਵਕੀਲ ਹੁੰਦਾ ਹੈਲਪ ਕਰਨ ਵਾਸਤੇ, ਅਤੇ ਵਕੀਲ ਸ਼ਾਹੂਕਾਰ ਨੂੰ ਕਹਿੰਦਾ ਵੀ ਪਲੀਜ਼ ਸ਼ੋ ਸਮ ਮਰਸੀ, ਬਿਕੋਜ਼ ਹੀ ਇਜ਼ ਨਾਓ ਐਕਚੁਲੀ ਇਨ ਬਿਗ ਟ੍ਰਬਲ ਫਾਈਨੈਂਸ਼ਲੀ, ਐਂਡ ਹੀ ਇਜ਼ ਇੱਕ ਤਰ੍ਹਾਂ ਦੇ ਨਾਲ ਇਹ ਤੇਰਾ ਦੇਣਦਾਰ ਆ, ਇਹ ਤੇਰੇ ਵੱਲ ਨੂੰ ਮਨੀ ਉਹ ਕਰਦਾ ਹੈਗਾ, ਇਸ ਕਰਕੇ ਤੂੰ ਮਾਫ਼ ਕਰ ਦੇ, ਇਹਨੂੰ ਮਨੀ ਦੇ ਦੇਗਾ ਤੈਨੂੰ, ਪਰ ਅਜੇ ਹੈ ਨਹੀਂ ਇਹਦੇ ਕੋਲ। ਉਹ ਕਹਿੰਦਾ ਨੋ ਵੇ, ਹੂ ਕੇਅਰ ਅਬਾਊਟ ਮਨੀ, ਜਿਹੜਾ ਲੀਗਲ ਐਗਰੀਮੈਂਟ ਸਾਈਨ ਹੋਇਆ ਉਹਦੇ ਅਕੋਰਡਿੰਗਲੀ ਜਿਹੜਾ ਹੈਗਾ, ਮੈਨੂੰ ਤਾਂ ਇਹਦਾ ਪਨਿਸ਼ਮੈਂਟ ਚਾਹੀਦੀ ਹੈ। ਫਿਰ ਉਹ ਪਨਿਸ਼ਮੈਂਟ ਦੇ ਵਿੱਚੋਂ ਜਿਹੜਾ ਸੀਗਾ ਜਿਵੇਂ ਮੈਗਨਾ ਕਾਰਟਾ, ਹੌਲੀ ਹੌਲੀ ਕਰਕੇ ਲਾਅ ਡਿਵੈਲਪ ਹੋਇਆ, ਲਾਅ ਦੀਆਂ ਜਿਹੜੀਆਂ ਬਰੀਕ ਵਿੱਚ ਉਹਦੀ ਬਾਇਲਾਸ ਦੀ ਐਕਸਪਲੇਨੇਸ਼ਨ ਹੁੰਦੀ ਹੈ, ਫਿਰ ਲਿਆਂਦੀ ਗਈ, ਨਹੀਂ ਤਾਂ ਪਹਿਲਾਂ ਸ਼ੁਰੂ 'ਚ ਲੀਗਲੀ ਤੌਰ 'ਤੇ ਲਾਅ 'ਚ ਬੜੇ ਲੂਪ ਹੋਲਸ ਹੁੰਦੇ ਸੀ, ਬੜੀਆਂ ਇਸ਼ੂਜ਼ ਹੁੰਦੇ ਸੀਗੇ। ਉਹ ਕਹਿੰਦੀ ਠੀਕ ਆ ਵਕੀਲ, ਵੀ ਤੂੰ ਹੁਣ ਨਾ ਆਪਣੀ ਪਨਿਸ਼ਮੈਂਟ ਪੂਰੀ ਕਰ ਲੈ, ਇਹਦੇ ਨਾਲ ਤੂੰ ਇਹ 'ਚ ਲਿਖਿਆ ਦਿਲ ਦਾ ਖੂਨ ਕੱਢਣਾ ਕੱਢ।
ਪਰ ਤੂੰ ਇਹਦੇ 'ਚ ਇਹ ਨਹੀਂ ਲਿਖਿਆ ਵੀ ਦਿਲ ਦਾ ਖੂਨ ਕੱਢਣ ਵਾਸਤੇ ਤੂੰ ਕਿਸੇ ਦੀ ਹੈਲਪ ਲਏਗਾ, ਕੋਈ ਡਾਕਟਰ ਹੈਲਪ ਨਹੀਂ ਕਰੇਗਾ, ਕੋਈ ਕੁਛ ਨਹੀਂ, ਤੂੰ ਆਪ ਕੱਢੇਗਾ। ਸੈਕਿੰਡ ਲੈਵਲ 'ਤੇ ਤੂੰ ਇਹ ਲਿਖਿਆ ਇੰਨੇ ਔਂਸ ਕੱਢਣਾ, ਇੰਨੇ ਔਂਸ ਹੀ ਨਿਕਲਣਾ ਚਾਹੀਦਾ। ਥਰਡ ਲੈਵਲ 'ਤੇ ਇਹਦੇ 'ਚ ਇਹ ਨਹੀਂ ਲਿਖਿਆ ਮਰ ਜੇ, ਇਹ ਮਰਨਾ ਨਹੀਂ ਚਾਹੀਦਾ, ਗੋ ਹੈਡ। ਉਹ ਫਿਰ ਮੈਨੂੰ ਕਰਦ ਫੜਾਉਂਦੀ, ਚੱਲ ਅੱਗੇ ਵੱਧ ਕੋਰਟ ਦੇ ਵਿੱਚ, ਕੋਰਟ ਦੀ ਨਹੀਂ ਤਾਂ ਹੱਤਕ ਹੋਏਗੀ ਇਹਦੇ ਵਿੱਚ, ਇਹ ਡਿਸਰਿਸਪੈਕਟ ਹੋਏਗੀ। ਫਿਰ ਉਹ ਡਰ ਜਾਂਦਾ ਵੀ ਇਹ ਕੀ ਬਣ ਗਿਆ, ਮੈਂ ਤਾਂ ਕਰ ਨਹੀਂ ਸਕਦਾ ਸਾਰਾ ਕੁਝ। ਫਿਰ ਉਹਦੇ ਹੱਥ ਤੋਂ ਨਾਈਫ ਡਿੱਗ ਜਾਂਦਾ, ਅਤੇ ਫਿਰ ਉਹ ਵਿਰਲਾਪ ਕਰਦਾ ਰਹਿੰਦਾ, ਕਹਿੰਦਾ ਪਲੀਜ਼ ਪਲੀਜ਼ ਫੋਰਗਿਵ ਮੀ, ਪਲੀਜ਼ ਸ਼ੋ ਸਮ ਮਰਸੀ। ਉਹ ਕਹਿੰਦੇ ਨੋ ਵੇ, ਤੂੰ ਕਿਹਾ ਸੀਗਾ ਮਰਸੀ ਨਾਂ ਦਾ, ਤਰਸ ਨਾਂ ਦਾ ਸ਼ਬਦ ਮੇਰੀ ਵੋਕੈਬਲਰੀ 'ਚ ਨਹੀਂ ਹੈਗਾ। ਜਦੋਂ ਤੇਰੇ ਕੋਲ ਤਰਸ ਨਾਂ ਦਾ ਸ਼ਬਦ ਹੀ ਨਹੀਂ ਹੈਗਾ, ਤੂੰ ਤਰਸ ਕਿਵੇਂ ਮੰਗ ਸਕਦਾ ਹੈਗਾ। ਦੇਖੋ ਨਾ, ਮੈਂ ਰੱਬ ਨੂੰ ਕਹਿੰਦਾ ਰੱਬਾ ਤਰਸ ਕਰੇ, ਬਖਸ਼ਿਸ਼ ਕਰੀ ਮਾਲਕਾ। ਮੈਂ ਆਪ ਕਦੀ ਕਿਸੇ ਨੂੰ ਬਖਸ਼ਿਆ ਨਹੀਂ, ਮੈਂ ਕਦੀ ਆਪ ਤਰਸ ਕੀਤਾ ਨਹੀਂ। ਹੁਣ ਆਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਅਡੋਪਟ ਕਰਨੀਆਂ ਪੈਣਗੀਆਂ। ਬਾਬਾ ਜੀ ਨੇ ਜ਼ਿਕਰ ਕੀਤਾ ਸੱਚ ਭੈ ਰਾਤਾ, ਰੱਬ ਦੇ ਭੈ 'ਚ ਰਿਹਾ ਕਰ। ਜਦੋਂ ਬਹੁਤ ਜ਼ਿਆਦਾ ਅੱਖਾਂ ਘੂਰਦਾ ਨਾ ਆਲੇ ਦੁਆਲੇ, ਵੇਖਦਾ ਵੀ ਇਹ ਕਿਵੇਂ ਹੋ ਸਕਦਾ ਹੈਗਾ, ਕੋਈ ਗਲਤੀ ਕਰਦਾ, ਕੋਈ ਗੁਸਤਾਖੀ ਕਰਦਾ, ਕੁਛ ਰੂਪ ਦੇ ਵਿੱਚ, ਰੱਬ ਦੇ ਭੈ 'ਚ ਆ ਜਾ। ਸੱਚ ਭੈ ਰਾਤਾ ਗਰਭ ਨਿਵਾਰੈ, ਹੰਕਾਰ ਨਿਰਵਿਰਤ ਹੋ ਜਾਂਦਾ, ਹੰਕਾਰ ਘੱਟ ਜਾਂਦਾ। ਇਹਦੇ ਨਾਲ ਇੱਕੋ ਜਾਤਾ ਸ਼ਬਦ ਵਿਚਾਰ ਹੈ, ਸ਼ਬਦ ਦੀ ਵਿਚਾਰ ਲਗਾਤਾਰ ਅੰਦਰ ਕਰਨੀ, ਇੱਕੋ ਜਾਤਾ ਅਕਾਲ ਪੁਰਖ ਵਾਹਿਗੁਰੂ ਦੇ ਅਹਿਸਾਸ ਵਿੱਚ ਰਹਿਣਾ। ਆਪ ਦੇਖੋਗੇ, ਮੈਂ ਆਪਣੇ ਪੀਲ ਰੀਜਨ ਦੀ ਗੱਲ ਕਰਦਾ, ਡੇ ਬਾਈ ਡੇ ਸਾਡੇ ਕੋਲ ਐਸੇ ਇਸ਼ੂਜ਼ ਆਉਂਦੇ ਪਏ ਨੇ। ਕਈ ਵਾਰ ਸੋਚਦਾ ਕੀ ਬਣੇਗਾ, ਬੱਚਾ ਆ ਬੁਲਿੰਗ ਕਰਦਾ ਦੂਜੇ ਬੱਚੇ ਨੂੰ, 6th grade ਦੇ ਵਿੱਚ ਬੁਲਿੰਗ ਕਰਦਾ, ਅਤੇ ਦੂਜਾ ਬੱਚਾ ਜਿਹੜਾ ਹੈਗਾ ਉਹ ਸਕੂਲ ਅਥਾਰਟੀਜ਼ ਨੂੰ ਥੋੜ੍ਹਾ ਬਹੁਤਾ ਦੱਸਦਾ, ਜ਼ਿਆਦਾ ਪੇਰੈਂਟਸ ਨੂੰ ਆ ਕੇ ਦੱਸਦਾ, ਦੋਨੋਂ ਫੈਮਿਲੀਜ਼ ਇੱਕ ਦੂਜੇ ਨੂੰ ਜਾਣਦੀਆਂ ਨੇ ਥੋੜ੍ਹਾ ਬਹੁਤਾ। ਉਹ ਦੂਜੀ ਫੈਮਿਲੀ ਪਹਿਲੀ ਫੈਮਿਲੀ ਨਾਲ ਜਾ ਕੇ ਗੱਲ ਕਰਦੀ ਹੈ ਕਿ ਇਹ ਬੱਚਾ ਤੁਹਾਡਾ ਸਾਡੇ ਬੱਚੇ ਨੂੰ ਤੰਗ ਕਰ ਰਿਹਾ, ਸਮਝਾਓ ਇਹਨੂੰ ਥੋੜ੍ਹਾ ਜਿਹਾ। ਅਤੇ ਉਹ ਕਹਿੰਦੇ ਲੈ ਇਹ 'ਚ ਕਿਹੜੀ ਗੱਲ ਆ, ਇਹ ਹੀ ਡਰੂ ਜਿਹਾ, ਇਹਨੂੰ ਕੀ ਡਰਾਉਣਾ ਕਿਸੇ ਨੇ, ਇਹ ਅਸੀਂ ਤਾਂ ਇਹਦੇ ਮੁੰਡੇ ਨੂੰ ਕਹਾਂਗੇ, ਮੁੰਡੇ ਨੂੰ ਜ਼ਰੂਰ ਕਹਾਂਗੇ, ਵਧੀਆ ਕਰ ਰਿਹਾ ਉਹ ਤਾਂ। ਹੁਣ ਇਹ ਜਿਹੜੀ ਗੱਲ ਆ ਮੈਨੂੰ ਆ ਕੇ ਫੈਮਿਲੀ ਦੱਸਦੀ, ਕਹਿੰਦੇ ਆਹ ਗੱਲ ਹੋਈ ਹੈ। ਮੈਂ ਸੋਚਦਾ ਹਾਂ ਬੱਚੇ ਬੱਚੇ 'ਚ ਫਰਕ ਹੈ, ਮੇਰਾ ਬੱਚਾ ਅਤੇ ਤੇਰਾ ਬੱਚਾ ਕੀ ਫਰਕ ਪੈਂਦਾ ਇਹਦੇ 'ਚ। ਬਲਕਿ ਇਸ ਤਰੀਕੇ ਦੇ ਨਾਲ ਬ੍ਰਦਰਹੁੱਡ ਸਿਸਟਰਹੁੱਡ ਦੀ ਗੱਲ ਹੁੰਦੀ ਹੈ, ਉੱਥੇ ਤਾਂ ਚਾਹੀਦਾ ਹੈਗਾ ਦੋਨਾਂ ਬੱਚਿਆਂ ਨੂੰ ਕੋਲ ਬਿਠਾਇਆ ਜਾਏ, ਉਸ ਬੱਚੇ ਨੂੰ ਦੱਸਿਆ ਜਾਏ ਜੇ ਕੋਈ ਤੇਰੇ ਨਾਲ ਐਵੇਂ ਕਰੇ ਤੂੰ ਟੋਲਰੇਟ ਕਰੇਗਾ ਇਹਨੂੰ, ਇਹ ਕਮਜ਼ੋਰ ਆ, ਇਹ ਮਾੜਾ ਆ, ਇਹ ਇਹ ਚੀਜ਼ ਹੈ ਜਿਹੜੀ ਇਹ ਭੁੱਲ ਗਏ ਅਸੀਂ। ਗਰਭ ਹੰਕਾਰ ਅਤੇ ਵਧਿਆ ਹੋਇਆ ਹੰਕਾਰ ਜਿਹੜਾ ਹੈ, ਐਂਡ ਪਤਾ ਕਿੱਥੇ ਹੁੰਦਾ ਇਹਦਾ, ਮਾਫ਼ੀ ਚਾਹਾਂਗਾ ਵਾਇਲੈਂਸ ਦੇ ਵਿੱਚ। ਅਤੇ ਇਹਨਾਂ ਮੁਲਕਾਂ ਦੀ ਵਾਇਲੈਂਸ ਜਿਹੜੀ ਹੈਗੀ ਹੈ ਨਾ, ਇਹ ਤੁਹਾਡੀ ਮਸਲਸ ਐਕਸਰਸਾਈਜ਼ ਨਹੀਂ ਰਹਿ ਜਾਂਦੀ, ਇੱਥੇ ਬਹੁਤ ਜਲਦੀ ਬਾਹਰ ਇੱਕ ਵੱਡੀ ਮਾਰਕੀਟ ਹੈ ਅੰਡਰਗਰਾਊਂਡ, ਜਿਹੜੀ ਵੈਪਨ ਵੇਚਣ ਵਾਸਤੇ ਕਾਲੀ ਪਈ ਹੈ। ਅਤੇ ਜਿਹਨਾਂ ਘਰਾਂ ਦੇ 'ਚ ਚਾਰ ਪੈਸੇ ਹੈਗੇ ਨੇ ਨਾ, ਉਹ ਤਾਂ ਅਸੀਂ ਇੱਥੇ ਜਿਹੜਾ ਜਿਹੜੀ ਗੈਂਗਸਟਰਸ ਹੈਗੇ ਨੇ ਇਹ ਰਿਕਰੂਟਮੈਂਟ ਕਿਵੇਂ ਕਰਦੇ ਨੇ, ਇਹਦੇ ਉੱਤੇ ਅਸੀਂ ਕੁਝ ਜਿਹੜਾ ਹੈਗਾ ਥੋੜ੍ਹਾ ਵਰਕ ਕੀਤਾ, ਰਿਸਰਚ ਕੀਤੀ। ਅਤੇ ਉਹ ਯੰਗ ਬੱਚੇ ਨੂੰ ਮੈਂ ਪੁੱਛਿਆ, ਮੈਂ ਕਿਹਾ ਵੀ ਤੁਹਾਡਾ ਮੇਨ ਟਾਰਗੇਟ ਕੀ ਹੁੰਦਾ ਹੈ? ਕਹਿੰਦਾ ਅਸੀਂ ਨਾ ਮੋਸਟਲੀ ਜਿਹੜੇ ਬੱਚੇ ਸਕੂਲਾਂ ਵਿੱਚ ਜਾਂਦੇ ਨੇ ਉਹਨਾਂ ਨੂੰ ਹੈੱਡ ਟੂ ਟੋ ਦੇਖਦੇ ਹਾਂ, ਉੱਪਰ ਤਰ੍ਹਾਂ ਵੇਖ ਲੈਂਦੇ ਹਾਂ, ਬ੍ਰੈਂਡਡ ਕੱਪੜੇ ਨੇ, ਮਹਿੰਗੇ ਸ਼ੂਜ਼ ਨੇ, ਹਫ਼ਤੇ 'ਚ 3 ਵਾਰ ਸ਼ੂਜ਼ ਚੇਂਜ ਕਰਦਾ ਹੈ, ਉਹਨੂੰ ਵੀ ਟਾਰਗੇਟ ਕਰਦੇ ਹਾਂ, ਆਹ ਆਪਣੇ ਕੰਮ ਦਾ ਬੰਦਾ, ਪੈਸੇ ਹੈਗੇ ਨੇ। ਦੈਟ ਇਜ਼ ਦਾ ਐਕਚੁਅਲੀ ਕਹਿੰਦਾ ਸਾਡਾ ਜਿਹੜਾ ਹੈਗਾ ਉਹ ਲੈਵਲ ਹੈਗਾ, ਭੁੱਖਿਆਂ ਤੋਂ ਕੀ ਲੈਣਾ ਅਸੀਂ? ਸਾਨੂੰ ਤਾਂ ਐਂਡ ਆਫ ਦਾ ਡੇ ਸਾਡੇ ਕੋਲ ਜਿਹੜਾ ਡਰੱਗ ਆ, ਵੈਪਨ ਆ, ਅਸੀਂ ਸਮਾਨ ਵੇਚਣਾ ਆਪਣਾ,
ਦੈਟ ਇਜ਼ ਆਵਰ ਐਕਚੁਅਲੀ ਮੇਨ ਕਹਿੰਦਾ ਉਹਦੇ 'ਚ ਆਹ ਬਾਤ ਆ। ਹੁਣ ਜਿਹੜੀ ਆਹ ਸਰੂਪ ਚੀਜ਼ ਆ, ਹੁਣ ਕੱਲ੍ਹ ਨੂੰ ਮਸਲ ਐਕਸਰਸਾਈਜ਼ ਹੋਈ ਮਾੜੀ ਮੋਟੀ, ਇੱਕ ਬੱਚੇ ਨੂੰ ਡਰਾਓਗੇ ਧਮਕਾਓਗੇ ਇਤਨਾ ਜ਼ਿਆਦਾ, ਆਖਿਰਕਾਰ ਉਹ ਵੀ ਰਿਬੈਲੀਅਸ ਬਣੇਗਾ। ਜਦੋਂ ਰਿਟੈਲੀਏਟ ਕਰੇਗਾ ਰਿਬੈਲੀਅਸ ਹੋ ਕੇ, ਤਾਂ ਹੋ ਸਕਦਾ ਉਹਨੂੰ ਕੋਈ ਦੂਜਾ ਇਸ ਰੂਪ ਵਿੱਚ ਕਹੇ ਤੈਨੂੰ ਰੋਜ਼ ਡਰਾਉਂਦਾ, ਮੈਂ ਤੈਨੂੰ ਵੈਪਨ ਦਿੰਦਾ ਅੱਜ ਵਿਖਾ ਇਹਨੂੰ। ਆਹ ਬਾਤ ਹੁੰਦੀ ਹੈ। ਮੋਸਟਲੀ ਜਿਹੜੇ ਮਰਡਰਸ ਹੋਏ ਇੱਥੇ ਸਾਡੇ ਇਸੇ ਤਰ੍ਹਾਂ ਦੇ ਹੋਏ, ਵੈਨਕੂਵਰ 'ਚ ਵੀ ਇੱਥੇ ਵੀ। ਬਾਅਦ 'ਚ ਪੇਰੈਂਟ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਬੱਚਾ ਇਹ ਕੰਮ ਕਰ ਜਾਏਗਾ। ਭਾਈ ਹੋ ਸਕਦਾ ਬੱਚੇ ਨੇ ਇਸ ਕਿਸਮ ਦਾ ਬਿਹੇਵੀਅਰ ਬਿਲਕੁਲ ਉਸ ਪ੍ਰੋਵੋਕਿੰਗ 'ਚ ਕੀਤਾ ਹੋਵੇ, ਪਰ ਇਹਦਾ ਸ਼ੁਰੂਆਤ ਸਾਡੇ ਘਰਾਂ ਥਾਵਾਂ ਸਾਨੂੰ ਪਤਾ ਹੁੰਦਾ ਆਪਣੇ ਆਲੇ ਦੁਆਲੇ। ਪਰ ਜੇ ਬੰਦਾ ਹੰਕਾਰ 'ਤੇ ਕੰਮ ਕਰੇ, ਡਾਊਨ ਟੂ ਅਰਥ ਹੋਏ, ਹਿਊਮਨ ਵੈਲਿਊਜ਼ ਦੇ ਨੇੜੇ ਚਲਾ ਜਾਏ। ਮਹਾਰਾਜ ਨੇ ਜ਼ਿਕਰ ਕੀਤਾ ਸੱਚ ਪੈ ਰਾਤਾਂ ਗਰਭ ਨਿਵਾਰ ਹੈ, ਏਕੋ ਜਾਤਾ ਸ਼ਬਦ ਵਿਚਾਰ ਹੈ। ਇਹ ਸ਼ਬਦ ਦੀ ਵਿਚਾਰ ਕਰੇ, ਏਕੋ ਜਾਤਾ ਇੱਕ ਨੂੰ ਜਾਤ ਕੇ ਰੱਖੇ ਹਿਰਦੇ ਦੇ ਵਿੱਚ। ਜਿਹੜੀ ਸ਼ੁਰੂਆਤ 'ਚ ਬਾਤ ਆਈ ਸੀ ਮੈਂ ਕੋਰਲੇਟ ਕਰਦਾ, ਮੈਣ ਕੇ ਦੰਤ ਕਿਉਂ ਖਾਈਐ ਸਾਰ, ਮਾਫ਼ੀ ਮੰਗਾਂਗਾ। ਇੱਕ ਇੱਕ ਦੋ ਦੋ ਔਲਾਦਾਂ ਨੇ ਘਰਾਂ ਦੇ ਵਿੱਚ, ਮਾਲਕ ਸਭ ਪਰਿਵਾਰਾਂ ਨੂੰ ਸੁੱਖ ਦੇ। ਦਿਲੀ ਅਰਦਾਸ ਹੈ ਹਰ ਬੱਚਾ ਜ਼ਿੰਦਗੀ ਦੇ ਅਹਿਤਰਾਮਾਂ ਨੂੰ, ਜ਼ਿੰਦਗੀ ਦੇ ਅਸਲ ਸੁੱਖਾਂ ਨੂੰ, ਅਸਲ ਲਿਆਕਤ ਨੂੰ ਮਾਣੇ। ਪਰ ਆਪ ਦੇਖੋਗੇ ਅਸੀਂ ਰੋਜ਼ਮਰ੍ਹਾ ਇਹ ਚੀਜ਼ਾਂ ਸੁਣਦੇ ਹਾਂ, ਇੱਕ ਇੱਕ ਦੋ ਦੋ ਬੱਚਾ ਕਤਲ ਹੋ ਗਿਆ। ਮੈਂ ਲਿਟਰਲੀ ਤੌਰ 'ਤੇ ਮਾਪੇ ਇਹ ਕੁਰਲਾਉਂਦੇ ਹੋਏ ਇਸ ਰੂਪ ਵਿੱਚ ਦੇਖੇ ਨੇ, ਜਿਹੜੇ ਇਹ ਕਹਿੰਦੇ ਨੇ ਕਿ ਰੱਬਾ ਜੇ ਤੈਨੂੰ ਲੈ ਹੀ ਜਾਣਾ ਸੀਗਾ ਦਿੱਤਾ ਹੀ ਕਿਉਂ ਸੀ ਮੈਨੂੰ। ਇਹ ਹੈ ਮੈਣ ਕੇ ਦੰਤ ਕਿਉਂ ਖਾਈਐ ਸਾਰ। ਕਿੱਡਾ ਔਖਾ ਲੋਹਾ ਚੱਬਣਾ ਹੈ, ਕਿੰਨਾ ਔਖਾ ਇਸ ਚੀਜ਼ ਨੂੰ ਡਾਈਜੈਸਟ ਕਰ ਸਕਣਾ ਕਿ ਮੈਂ ਕੋਈ ਬੱਚਾ ਪਾਲਿਆ ਸੰਭਾਲਿਆ ਅਤੇ ਅਲਟੀਮੇਟਲੀ ਕਾਲ ਲੈ ਗਿਆ ਉਹਨੂੰ। ਓਹੋ ਕਿੱਡਾ ਦੁੱਖ ਆ। ਯੋਗੀ ਕਹਿੰਦੇ ਅਸੀਂ ਨਹੀਂ ਜਾਣਾ ਦੁਨੀਆਂ 'ਚ, ਆਹ ਕੰਮ ਸਾਡੇ ਨਾਲ ਵੀ ਵਾਪਰ ਸਕਦਾ, ਇੰਨੇ ਦੁੱਖ ਨੂੰ ਕਿਵੇਂ ਸਹਾਂਗੇ। ਪਰ ਇਸੇ ਚੀਜ਼ ਨੂੰ, ਇਸ ਲੋਹੇ ਨੂੰ ਤੁਸੀਂ ਚੱਬਣ ਤੋਂ ਬਚ ਸਕਦੇ ਹੋ ਜੇ ਸੰਸਾਰ ਸਮਾਜ ਇਸ ਰੂਪ ਵਿੱਚ ਬਣਾਇਆ ਜਾਏ, ਇਸ ਤਰੀਕੇ ਨਾਲ ਚਲਾਇਆ ਜਾਏ। ਇੱਥੇ ਫਿਰ ਮੈਂ ਇਗਜ਼ਾਮਪਲ ਉਸ ਲੈਵਲ 'ਤੇ ਦੇ ਰਿਹਾ ਵਾਂ। ਬੱਚਾ ਸੀਗਾ, ਉਹਦੇ ਕੋਲੋਂ ਕੋਈ ਇਲੀਗਲ ਵੈਪਨ ਫੜਿਆ ਗਿਆ, ਜਿਹੜੀ ਖਾਸ ਕਰਕੇ ਪਿੱਛੇ ਕਰਕੇ ਹੋ ਰਿਹਾ ਸੀ ਨਾ ਕਿ ਉਹ ਰੈਂਡਮਲੀ ਕਿਸੇ ਨੂੰ ਵੀ ਖੜ੍ਹੇ ਕਰਕੇ ਕਾਰਡਿੰਗ ਹੁੰਦੀ ਸੀਗੀ ਉਸ ਤਰੀਕੇ ਨਾਲ ਚੈੱਕ ਕਰ ਲੈਂਦੇ ਸੀ। ਉਹ ਕਾਰਡਿੰਗ ਦੇ ਅੰਡਰ ਜਿਹੜਾ ਹੈਗਾ ਸ਼ੱਕ ਸੀਗਾ ਥੋੜ੍ਹਾ ਜਿਹਾ, ਉਹਨਾਂ ਨੇ ਸਰਚ ਕੀਤੀ ਅਤੇ ਦੇ ਫਾਊਂਡ ਦੈਟ ਵੈਪਨ। ਉਸ ਤੋਂ ਬਾਅਦ ਮਸਲਾ ਇਹ ਖੜ੍ਹਾ ਹੋ ਗਿਆ ਕਿ ਉਹ ਬੱਚਾ ਜਿਹੜਾ ਹੈਗਾ ਅਰੈਸਟ ਹੋ ਗਿਆ। ਪੇਰੈਂਟਸ ਨੂੰ ਪਤਾ ਲੱਗਾ, ਪੇਰੈਂਟਸ ਟੋਟਲੀ ਉਹਨਾਂ ਨੇ ਡਿਸੀਜਨ ਇਹ ਲੈ ਲਿਆ ਜੋ ਮਰਜ਼ੀ ਹੋ ਜਾਵੇ ਇਹਨੂੰ, ਜੇ ਸਜ਼ਾ ਮਹੀਨੇ ਦੀ, ਦੋ ਮਹੀਨੇ ਦੀ, ਦੋ ਸਾਲ ਦੀ ਵੀ ਹੁੰਦੀ, ਚਾਰ ਸਾਲ ਦੀ ਕਰਾਉਣੀ ਘੱਟ ਤੋਂ ਘੱਟ। ਇਹਨੇ ਸਾਨੂੰ ਚੀਟ ਕੀਤਾ, ਦੱਸਿਆ ਹੀ ਨਹੀਂ ਸਾਨੂੰ ਇਸ ਤਰੀਕੇ ਨਾਲ, ਇਹ ਸਾਰੀ ਬਾਤ ਹੋਈ। ਖੈਰ ਉਹ ਲੀਗਲ ਏਡ ਤੋਂ ਹੈਲਪ ਮਿਲ ਗਈ ਅਤੇ ਉਹ ਕੋਰਟ 'ਚ ਕੇਸ ਵਗੈਰਾ ਚੱਲਿਆ। ਫਸਟ ਅਫੈਂਸ ਸੀਗਾ ਉਹਦਾ, ਪਤਾ ਲੱਗਾ ਇਨੋਸੈਂਟਲੀ ਇਨਵੋਲਵ ਹੋਇਆ ਇਹਦੇ 'ਚ, ਉਸ ਕਿਸਮ ਦੇ ਨਾਲ ਨਹੀਂ। ਉੱਥੇ ਵੀ ਕ੍ਰਿਮੀਨੋਲੋਜੀ ਦੇ ਸਪੈਸ਼ਲਿਸਟ ਬੈਠੇ ਨੇ, ਉਹਨਾਂ ਨੇ ਉਸ ਸਾਰੇ ਨੂੰ ਗੋਖ ਲਿਆ। ਪੜਤਾਲਣ ਤੋਂ ਬਾਅਦ ਗੱਲ ਇਹ ਹੋਈ ਕਿ ਬੱਚਾ ਅੰਦਰ ਚਲਾ ਗਿਆ, ਮੇਰੀ ਇਨਵੋਲਵਮੈਂਟ ਹੋਈ ਥੋੜ੍ਹੀ ਫੈਮਿਲੀ ਦੇ ਨਾਲ। ਉਹ ਕਹਿੰਦੇ ਜੀ ਇਸ ਤਰੀਕੇ ਨਾਲ, ਮੈਂ ਕਿਹਾ ਗੱਲ ਇਹ ਹੈ ਬੱਚੇ ਨੂੰ ਮੈਂ ਵੀ ਮਿਲਿਆ, ਤੁਹਾਨੂੰ ਵੀ ਰਿਪੋਰਟ ਮਿਲੀ ਹੈ ਸਾਰੇ ਦੀ ਸਾਰੀ, ਗਲਤੀ ਹਰ ਬੰਦਾ ਕਰਦਾ ਹੈਗਾ। ਉਹ ਕਹਿੰਦੇ ਨਹੀਂ ਨਹੀਂ ਗੱਲ ਇਹ ਹੈਗੀ ਹੈ ਵੀ ਐਡੀ ਖਤਰਨਾਕ ਚੀਜ਼ ਲੈ ਕੇ ਤੁਰਿਆ ਫਿਰਦਾ ਸੀਗਾ, ਅਸੀਂ ਤਾਂ ਉੱਦਣ ਦੀ ਅਰਦਾਸ ਇਹ ਕਰਦੇ ਹਾਂ ਵੀ ਰੱਬਾ ਜੇ ਨੇ ਕੱਲ੍ਹ ਨੂੰ ਇਹੋ ਜਿਹਾ ਕੰਮ ਕਰਨਾ ਵੀ ਹੈ ਨਾ, ਇਹ ਜਾਂਦਾ ਤਾਂ ਜਾਏ ਪਰ ਕਿਸੇ ਹੋਰ ਮਾਂ ਦੇ ਪੁੱਤ ਨੂੰ ਨੁਕਸਾਨ ਨਾ ਕਰੇ, ਸਾਡੀ ਅਰਦਾਸ ਹੈ ਰਾਤ ਦਿਨ ਦੀ। ਹੁਣ ਜਿਹੜੀ ਆਹ ਚੀਜ਼ ਆ,
ਐਕਚੁਅਲ ਲੈਵਲ 'ਤੇ ਦੇਖਿਆ ਜਾਏ, ਮੈਂ ਕਿਹਾ ਕਦੀ ਬੱਚੇ ਨੂੰ ਇਹ ਗੱਲ ਦੱਸੀ ਤੁਸੀਂ? ਕਹਿੰਦੇ ਸੀ ਤਾਂ ਮਿਲਿਆ ਹੀ ਨਹੀਂ ਉਦੋਂ ਬਾਅਦ. ਮੈਂ ਕਿਹਾ ਨਹੀਂ ਨਹੀਂ ਦੱਸੋ ਉਹਨੂੰ ਜਾ ਕੇ, ਉਹਨੂੰ ਵੀ ਅਹਿਸਾਸ ਹੋਇਆ ਇਸ ਗੱਲ ਦਾ ਜਿਹੜਾ ਮਹਾਰਾਜ ਉੱਥੇ ਜ਼ਿਕਰ ਕਰ ਰਹੇ ਨਾ, ਵੀ ਸੱਚ ਪੈ ਰਾਤਾ ਗਰਭ ਨਿਵਾਰ ਹੈ, ਇੱਕੋ ਜਾਤਾ ਸ਼ਬਦ ਵਿਚਾਰ ਹੈ. ਹੁਣ ਸ਼ਬਦ ਵਿਚਾਰ, ਸ਼ਬਦ ਵਿਚਾਰ ਤਾਂ ਇਹ ਹੈ ਤੁਹਾਨੂੰ ਮੈਂਟਲੀ ਪ੍ਰੈਪਰੇਸ਼ਨ ਵਿੱਚ ਜਾਣਾ ਪੈਂਦਾ, ਆਪ ਵੀ ਅਤੇ ਆਲੇ ਦੁਆਲੇ ਦੇ ਵਿੱਚ. ਜੇ ਰਾਵਾਂ ਚੰਗੀਆਂ ਨਹੀਂ ਲਓਗੇ, ਨਹੀਂ ਕਰੋਗੇ, ਨਹੀਂ ਸੋਚੋਗੇ ਉਸ ਬਾਬਤ, ਜੀਵਨ ਮਾੜਾ ਬਣਦਾ ਲਗਾ ਜਾਏਗਾ. ਗੁਰੂ ਸਾਹਿਬ ਕਹਿੰਦੇ ਜੋਗੀ ਲੋਕੋ ਨਿਰਾ ਸਾਇਲੈਂਟ ਪ੍ਰੈਕਟਿਸ, ਸਾਇਲੈਂਟ ਪ੍ਰੈਕਟਿਸ ਨਾ ਨਾ ਕਰੀ ਜਾਓ. ਅੱਜ ਕੱਲ੍ਹ ਵੀ ਬੜਾ ਜ਼ੋਰ ਲੱਗ ਰਿਹਾ ਇਹਦੇ 'ਤੇ. ਇਟਸ ਨੋਟ ਗੋਨਾ ਐਕਚੁਅਲੀ ਗਿਵ ਯੂ ਐਨੀਥਿੰਗ. ਟਰਾਈ ਟੂ ਐਜੂਕੇਟ ਯੂਅਰ ਸੈਲਫ, ਟਰਾਈ ਟੂ ਐਜੂਕੇਟ ਯੂਅਰ ਸਰਾਊਂਡਿੰਗਸ. ਦੀਸ ਥਿੰਗਸ ਓਨਲੀ ਕੈਨ ਪ੍ਰੋਡਿਊਸ ਰਿਜ਼ਲਟਸ, ਅਦਰਵਾਈਜ਼ ਐਵਰੀਥਿੰਗ ਐਲਸ ਇਜ਼ ਜਸਟ ਏ ਫੇਕ ਪ੍ਰਾਈਡ. ਐਂਡ ਪੀਪਲ ਹੈਵ ਦੈਟ, ਦੇ ਵਰ ਜਸਟ ਡੂਇੰਗ ਦੇਅਰ ਸਿਟਿੰਗ ਓਵਰ ਦੇਅਰ ਐਂਡ ਦੇ ਸੇਇੰਗ ਯਾ ਵੀ ਆਰ ਵੈਰੀ ਰਿਲੀਜੀਅਸ ਪਰ ਪੀਪਲ ਬਿਕੋਜ਼ ਵੀ ਆਰ ਏਬਲ ਟੂ ਡੂ ਦੀਸ ਮੈਡੀਟੇਸ਼ਨਸ. ਮਹਾਰਾਜ ਜੀ ਸਿੰਘ ਜੋਗੀਆਂ ਨੂੰ ਕਹਿੰਦੇ ਇਹਦੇ ਨਾਲ ਕੀ ਫਰਕ ਪੈ ਜਾਏਗਾ, ਸਾਰੀ ਉਮਰ ਬੈਠੇ ਰਹੋ ਇੱਥੇ. ਇਹ ਤੇ ਹੈ ਸਿੱਜਣਾ, ਵਿਚਾਰਨਾ, ਖਿਆਲਣਾ, ਤੇ ਸ਼ਬਦ ਤੁਹਾਨੂੰ ਇਹਦੀ ਐਨਰਜੀ ਦਿੰਦਾ. ਇੱਥੇ ਮਹਾਰਾਜ ਨੇ ਜ਼ਿਕਰ ਕੀਤਾ ਸੱਚ ਪੈ ਰਾਤਾ ਗਰਭ ਨਿਵਾਰ ਹੈ, ਇੱਕੋ ਜਾਤਾ ਸ਼ਬਦ ਵਿਚਾਰ ਹੈ, ਸ਼ਬਦ ਵਸੈ ਸੱਚ ਅੰਤਰ ਹੀ ਆ. ਜਦੋਂ ਹੀਏ ਦੇ ਵਿੱਚ ਉਹ ਸ਼ਬਦ ਵਾਕਿਆ 'ਚ ਵਸ ਜਾਂਦਾ ਹੈ, ਤੇ ਪੜ੍ਹਦਿਆਂ ਸੁਣਦਿਆਂ ਵਿਚਾਰਦਿਆਂ ਹੌਲੀ ਹੌਲੀ ਹਿਰਦਾ ਇੰਨਾ ਵੀ ਸਾਡਾ ਉਹ ਨਹੀਂ ਹੈਗਾ. ਸਾਡੇ ਘਰ 'ਚ ਸਿੰਬੋਲਿਕ ਰੂਪ ਵਿੱਚ ਚੀਜ਼ ਆਈ ਹੈ, ਉਹ ਇਹ ਆਈ ਹੈ ਕਿ ਬਾਬਾ ਜੀ ਨੇ ਪੰਜਾ ਸਾਹਿਬ ਵਿੱਚ ਕਹਿੰਦੇ ਪੰਜਾ ਲਾ ਤਾ ਪੱਥਰ 'ਚ. ਇਹ ਸਿੰਬੋਲਿਕ ਰੂਪ ਵਿੱਚ ਹੈ. ਸਿੰਬੋਲਿਕ ਇਸ ਤਰ੍ਹਾਂ ਹੈ, ਪੱਥਰ ਦਾ ਹਿਰਦਾ ਹੋ ਜੇ ਬੰਦੇ ਦਾ. ਬਾਬਾ ਨਾਨਕ ਜੀ ਸ਼ਬਦ ਦੀ ਉਹ ਸਿੱਖਿਆ ਲੈ ਕੇ ਬੈਠਾ ਹੈ, ਪੱਥਰ ਨੂੰ ਵੀ ਮੋਮ ਕਰਦੇ ਹੈ. ਸ਼ਬਦ ਉਹ ਚੀਜ਼ ਹੈ ਜਿਹਦੇ ਉੱਤੇ ਵੀ ਪ੍ਰਭਾਵ ਪੈ ਸਕਦਾ ਹੈਗਾ. ਇਹ ਹੈ ਸ਼ਬਦ ਦੀ ਤਾਮੀਰੀਅਤ. ਮਹਾਰਾਜ ਨੇ ਕਿਹਾ ਸ਼ਬਦ ਵਸੈ ਸੱਚ ਅੰਤਰ ਹੀ ਆ, ਤਨ ਮਨ ਸ਼ੀਤਲ ਰੰਗ ਰੰਗੀਆ. ਫਿਰ ਤਨ ਕਰਕੇ ਮਨ ਕਰਕੇ ਸ਼ੀਤਲਤਾ, ਅਸਲ ਜ਼ਿੰਦਗੀ ਦਾ ਰੰਗ ਜਿਹੜਾ ਜਿਹੜਾ ਉਹ ਜੋਗੀ ਕਹਿੰਦੇ ਬੇਰੰਗ ਆ, ਅਸੀਂ ਨਹੀਂ ਜਾਣਾ ਇੱਥੇ, ਇੱਥੇ ਕੌਣ ਰਹੇਗਾ? ਮਹਾਰਾਜ ਕਹਿੰਦੇ ਸੱਚੇ ਕਰਤਾਰ ਦੇ ਰੰਗ 'ਚ ਰੰਗ ਕੇ ਜਾਓ, ਸੰਸਾਰ ਬੜਾ ਰੰਗੀਨ ਹੈ, ਬੜਾ ਵਧੀਆ ਹੈ. ਕਾਮ ਕ੍ਰੋਧ ਬਿਖ ਅਗਨ ਨਿਵਾਰ ਹੈ, ਜਿਹੜੇ ਜ਼ਹਿਰ ਨੇ ਤੁਹਾਨੂੰ ਸਾੜਨਾ ਉਹ ਜ਼ਹਿਰ ਬਾਹਰੋਂ ਨਹੀਂ, ਕਾਮ ਕ੍ਰੋਧ ਬਿਖ ਇਹ ਹੈ ਅਸਲ 'ਚ. ਇਹਦੇ ਤੋਂ ਨਿਰਵਿਰਤੀ ਨਾਨਕ ਨਦਰੀ ਨਦਰ ਪਿਆਰੇ. ਹੇ ਨਾਨਕ ਕਹਿ ਪ੍ਰਭੂ ਦੀ ਨਦਰ ਦੇ ਵਿੱਚ ਆਪਣੇ ਆਪ ਨੂੰ ਲੈ ਕੇ ਜਾਓ. ਅਸਲ ਭਗਤੀ ਸ਼ਬਦ ਦੇ ਜ਼ਰੀਏ ਕਰੋ, ਬੰਦੇ ਬਣੋ, ਇਨਸਾਨੀਅਤ ਗ੍ਰਹਿਣ ਕਰੋ, ਬਾਕੀ ਸਭ ਕਰਤਾਰ ਭਲਾ ਕਰੇਗਾ. ਉਹ ਨਦਰ ਜਿਹੜਾ ਹੈਗਾ ਕਰਨ ਵਾਲਾ ਹੈ, ਤਰੁੱਠ ਕੇ ਸਾਡੇ ਉੱਤੇ ਤਰਸ ਕਰਨ ਵਾਲਾ ਹੈਗਾ. ਸਾਹਿਬ ਰਹਿਮਤ ਕਰਨ, ਇਹਨਾਂ ਆਲਮੀ ਵਾਕਿਆਂ 'ਚੋਂ ਚੰਗੇਰੀ ਪ੍ਰੇਰਨਾ ਮਿਲੇ, ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਭੁੱਲਾਂ ਗਲਤੀਆਂ ਨਾ ਚਿਤਾਰਨੀਆਂ. ਸਭ ਪ੍ਰੇਮ ਕਹਿ ਦੇਣਾ ਜੀ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਵਾਹਿਗੁਰੂ ਸਾਹਿਬ ਜੀ ਓ ਰਾਮ ਕਲੀ ਮਹੱਲਾ ਤੀਜਾ. ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆਂ, ਹਰ ਆਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ.